ਲਾਈਟਿਕਾ ਕਾਲਚਾਵਾ ਵਾਹਿਗੁਰੂ ਜੀ ਕੀ ਫਤਿਹ ਤਤ ਗੁਰਮਤ ਗਿਆਨ ਟੀਵੀ ਚੈਨਲ ਵੱਲੋਂ ਸਵਾਲ ਜਵਾਬ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਬਹੁਤ ਲੰਮੇ ਸਮੇਂ ਤੋਂ ਮੈਂ ਮਹਿਸੂਸ ਕਰ ਰਿਹਾ ਸੀ ਕਿ ਸਾਡੇ ਸਿੱਖ ਮਾਈ ਭਾਈ ਵੱਲੋਂ ਜੋ ਸਵਾਲ ਕਰਨੇ ਚਾਹੀਦੇ ਨੇ ਤੇ ਉਹਨਾਂ ਦਾ ਜਵਾਬ ਉਹਨਾਂ ਨੂੰ ਗੁਰਦੁਆਰਿਆਂ ਚੋਂ ਮਿਲਣਾ ਚਾਹੀਦਾ ਉਹ ਨਹੀਂ ਹੋ ਰਿਹਾ ਸੀ ਪਹਿਲੀ ਗਲਤੀ ਆ ਸਵਾਲ ਕਰਨ ਦਾ ਕਿਸੇ ਨੂੰ ਸਮਾਂ ਹੀ ਨਹੀਂ ਦਿੱਤਾ ਜਾਂਦਾ ਕਿਸੇ ਵੀ ਗੁਰਦੁਆਰੇ 'ਚ ਸਵਾਲ ਜਵਾਬ ਦਾ ਪ੍ਰੋਗਰਾਮ ਹੀ ਨਹੀਂ ਹੈ ਤੇ ਕਥਾਬ ਕਰਨ ਵਾਲੇ ਕਥਾ ਕਰ ਜਾਂਦੇ ਨੇ ਕੀਰਤਨ ਕਰਨ ਵਾਲੇ ਕੀਰਤਨ ਕਰ ਜਾਂਦੇ ਨੇ ਗੁਰਦੁਆਰਾ ਕਮੇਟੀਆਂ ਵਾਲੇ ਸਮਾਗਮ ਤਾਂ ਬਹੁਤ ਮਨਾ ਲੈਂਦੇ ਨੇ ਪਰ ਨੌਜਵਾਨਾਂ ਦੇ ਸਵਾਲਾਂ ਦਾ ਜਵਾਬ ਦੇਣ ਨੂੰ ਕੋਈ ਤਿਆਰ ਨਹੀਂ ਹੈ ਤੇ ਜਿਹੜੀ ਗੁਰਮਤਿ ਬਾਰੇ ਉਹਨਾਂ ਨੇ ਜਾਣਕਾਰੀ ਲੈਣੀ ਹੈ ਉਹਨਾਂ ਨੂੰ ਟ੍ਰੇਨਿੰਗ ਦੇਣ ਦਾ ਪ੍ਰਬੰਧ ਵੀ ਕਿਤੇ ਨਹੀਂ ਹੈ ਆਪਣੇ ਤੌਰ ਤੇ ਕੁਝ ਜਥੇਬੰਦੀਆਂ ਨੇ ਸੰ타 ਪਾਠ ਸ਼ੁੱਧ ਉਚਾਰਨ ਆਦਿਕ ਦੇ ਪ੍ਰੋਗਰਾਮ ਸ਼ੁਰੂ ਕੀਤੇ ਨੇ ਪਰ ਉਹ ਵੀ ਉਹਨਾਂ ਦੇ ਆਪਸੀ મતਭੇਦ ਬਹੁਤ ਨੇ ਵਿਚਾਰ ਨਹੀਂ ਮਿਲਦੇ ਤਾਂ ਇਹ ਜਿਹੜਾ ਪ੍ਰੋਗਰਾਮ ਹੈ ਇਹਦੇ ਵਿੱਚ ਆਪਾਂ ਨੌਜਵਾਨ ਸਵਾਲ ਕਰਨਗੇ WhatsApp ਦੇ ਉੱਤੇ ਲਿਖ ਕੇ ਜਾਂ ਬੋਲ ਕੇ ਸੰਖੇਪ ਦੇ ਵਿੱਚੋਂ ਆਪਣਾ ਸਵਾਲ ਭੇਜਣਾ ਮੈਂ ਆਪਣੀ ਬੁੱਧੀ ਅਨੁਸਾਰ ਜਿੰਨਾ ਕਿ ਗੁਰਮਤ ਦੀ ਮੈਂ ਸਟੱਡੀ ਕੀਤੀ ਹੈ ਉਹਦੇ ਅਨੁਸਾਰ ਗੁਰਬਾਣੀ ਦੇ ਚਾਨਣ ਵਿੱਚ ਜਵਾਬ ਦੇਣ ਦਾ ਉਪਰਾਲਾ ਕਰਾਂਗਾ ਕੋਈ ਗਰੰਟੀ ਨਹੀਂ ਕੋਈ ਇਸ ਤਰ੍ਹਾਂ ਦਾ ਭਰੋਸਾ ਨਹੀਂ ਕਿ 100% ਮੈਂ ਜਵਾਬ ਸਹੀ ਦੇ ਸਕਾਂਗਾ ਕਮੀ ਹੋ ਸਕਦੀ ਹੈ ਜਿਹੜੀ ਤੁਹਾਨੂੰ ਕبھی ਲੱਗੇ ਤੁਸੀਂ ਦੂਰ ਕਰਨ ਦਾ ਉਹਨੂੰ ਨਜ਼ਰ ਅੰਦਾਜ਼ ਕਰਨ ਦਾ ਪੂਰਾ ਹੱਕ ਰੱਖਦੇ ਹੋ ਜਿਹੜੀਆਂ ਗੱਲਾਂ ਚੰਗੀਆਂ ਲੱਗਣ ਉਹਨਾਂ ਨੂੰ ਅਪਣਾ ਸਕਦੇ ਹੋ ਮੈਂ ਪਿਛਲੇ ਲੰਬੇ ਸਮੇਂ ਤੋਂ ਗੁਰਬਾਣੀ ਇਤਿਹਾਸ ਅਤੇ ਹੋਰ ਪ੍ਰੈਕਟੀਕਲ ਜ਼ਿੰਦਗੀ ਦੇ ਰਾਹੀਂ ਬਹੁਤ ਕੁਝ ਸਿੱਖਿਆ ਉਹ ਤੁਹਾਡੇ ਨਾਲ ਸਾਂਝਾ ਕਰਨ ਦਾ ਉਪਰਾਲਾ ਕਰਾਂਗਾ ਉਮੀਦ ਹੈ ਤੁਸੀਂ ਇਸ ਨੂੰ ਹੋਰ ਦਿਲਚਸਪੀ ਦੇ ਨਾਲ ਅਪਣਾਓਗੇ ਅਤੇ ਆਪਣੇ ਦਿਲ ਦੇ ਵਿੱਚ ਗੁਰਮਤਿ ਨਾਲ ਸੰਬੰਧਿਤ ਜੋ ਸਵਾਲ ਉੱਠਣਗੇ ਉਹ ਸਾਨੂੰ ਲਿਖ ਕੇ ਜਾਂ ਬੋਲ ਕੇ ਭੇਜੋਗੇ ਅਸੀਂ ਸਵਾਗਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਇਤਿਹਾਸ ਅਤੇ ਹੋਰ ਜਰਨ ਨੌਲੇਜ ਬਾਰੇ ਸਵਾਲ ਜਵਾਬ ਕਰਨ ਵਾਲੇ ਭੈਣੋ ਭਰਾਵੋ ਅਤੇ ਨੌਜਵਾਨੋ ਅੱਜ ਆਪਾਂ ਫਿਰ ਸਵਾਲ ਜਵਾਬ ਦਾ ਅਗਲਾ ਐਪੀਸੋਡ ਸ਼ੁਰੂ ਕਰ ਰਹੇ ਹਾਂ ਅੱਜ ਸੋਮਵਾਰ ਦਾ ਦਿਨ ਹੈ 30 ਮਾਰਚ ਤੁਹਾਡੇ ਸਾਹਮਣੇ ਦਾਸ ਹਾਜ਼ਰ ਹੈ ਤੁਸੀਂ ਜੋ ਸਵਾਲ ਭੇਜਦੇ ਹੋ ਉਹਨਾਂ ਤੇ ਵਿਚਾਰ ਕਰਕੇ ਜਿੰਨੀ ਕੁ ਬੁੱਧੀ ਮੇਰੇ ਕੋਲੇ ਮੌਜੂਦ ਹੈ ਉਸ ਦੇ ਅਨੁਸਾਰ ਮੈਂ ਜਵਾਬ ਦੇਣ ਦਾ ਯਤਨ ਕਰਦਾ ਹਾਂ ਤੁਸੀਂ ਇਹਨਾਂ ਸਵਾਲਾਂ ਦੇ ਜਵਾਬਾਂ ਤੋਂ ਇਲਾਵਾ ਵੀ ਆਪਣੇ ਤੌਰ ਤੇ ਹੋਰ ਕਈ ਸਾਰੀ ਤਰ੍ਹਾਂ ਦੀ ਸਟੱਡੀ ਕਰਨੀ ਹੁੰਦੀ ਹੈ ਕਿਸੇ ਦਾ ਵੀ ਕਦੀ ਵੀ ਪਿਛਲਗ ਬਣਨ ਦਾ ਤੁਸੀਂ ਯਤਨ ਨਹੀਂ ਕਰਨਾ ਸਾਡੇ ਚ ਨੁਕਸ ਆਮ ਬੰਦੇ ਚ ਇਹੀ ਰਿਹਾ ਹੈ ਕਿ ਇੱਕ ਬੰਦੇ ਕਿਸੇ ਦੇ ਵੀ ਪਿੱਛੇ ਲੱਗ ਜੰਨੇ ਆ ਤੇ ਫਿਰ ਹੋਰ ਅਸੀਂ ਕਿਸੇ ਗੱਲ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਜੇ ਅਸੀਂ ਵੱਖੋ ਵੱਖਰੀ ਤਰ੍ਹਾਂ ਦੀ ਸਟੱਡੀ ਕਰਾਂਗੇ ਅਤੇ ਤਾਂ ਠੀਕ ਅਤੇ ਗਲਤ ਦੀ ਪਛਾਣ ਕਰਨ ਜੋਗੇ ਹੋ ਜਾਵਾਂਗੇ ਸੋ ਸਵਾਲ ਭੇਜਣ ਵਾਸਤੇ WhatsApp ਨੰਬਰ ਇੱਥੇ ਦਿੱਤਾ ਜਾ ਰਿਹਾ ਹੈ ਤੁਸੀਂ WhatsApp ਨੰਬਰ ਤੇ ਸੰਖੇਪ ਰੂਪ ਵਿੱਚ ਲਿਖ ਕੇ ਜਾਂ ਬੋਲ ਕੇ ਆਪਣੇ ਸਵਾਲ ਭੇਜ ਸਕਦੇ ਹੋ ਤੇ ਹਰ ਸੋਮਵਾਰ ਨੂੰ ਉਹਨਾਂ ਦੇ ਜਵਾਬ ਦਿੱਤੇ ਜਾਣ ਦਾ ਉਪਰਾਲਾ ਕੀਤਾ ਜਾਵੇਗਾ ਸਵਾਲ ਨੰਬਰ 61 ਇਸ ਸਵਾਲ ਭੇਜਣ ਵਾਲੇ ਵੀਰ ਨੇ ਆਪਣਾ ਨਾਮ ਨਹੀਂ ਲਿਖਿਆ ਇਹਨਾਂ ਦਾ ਸਵਾਲ ਹੈ ਕਿ ਰਹਿਤ ਮਰਿਆਦਾ ਅਨੁਸਾਰ ਨਿਸਾਨ ਸਾਹਿਬ ਦੇ ਚੋਲੇ ਦਾ ਰੰਗ ਬਸੰਤੀ ਲਿਖਿਆ ਹੋਇਆ ਹੈ ਫਿਰ ਪੀਲੇ ਰੰਗ ਦਾ ਚੋਲਾ ਨਿਸਾਨ ਸਾਹਿਬ ਤੇ ਕਿਉਂ ਚੜਾਇਆ ਜਾਂਦਾ ਹੈ ਗੁਰੂ ਪਿਆਰ ਵਾਲਿਓ ਬਹੁਤ ਕੁਝ ਇਹੋ ਜਿਹਾ ਵਾਪਰ ਜਾਂਦਾ ਹੈ ਜਿਹੜਾ ਕਿ ਅਣਜਾਣਪੁਣੇ ਚ ਸ਼ਰਧਾ ਦੇ ਵਿੱਚ ਲੋਕਾਂ ਦੀ ਵੇਖਾ ਵੇਖੀ ਅਸੀਂ ਕਰਦੇ ਜਾ ਰਹੇ ਹਾਂ ਇੱਕ ਉਹ ਵੀ ਜ਼ਮਾਨਾ ਸੀ ਜਦੋਂ ਨਿਸਾਨ ਸਾਹਿਬ ਹੁੰਦਾ ਹੀ ਨਹੀਂ ਸੀ ਨਿਸਾਨ ਸਾਹਿਬ ਕਦੋਂ ਸਾਹਮਣੇ ਆਇਆ ਕਦੋਂ ਵਰਤਿਆ ਜਾਣ ਲੱਗਿਆ ਇਸ ਦੀ ਕੋਈ ਪੱਕੀ ਤਰੀਕ ਸਾਡੇ ਕੋਲ ਨਹੀਂ ਹੈ ਫਿਰ ਨਿਸਾਨ ਸਾਹਿਬ ਲੋਹੇ ਦਾ ਬਣਿਆ ਅੱਗੇ ਨਹੀਂ ਹੁੰਦਾ ਸੀ ਲੱਕੜੀ ਦਾ ਡੰਡਾ ਜਿੰਨਾ ਕਿ ਮਿਲ ਸਕੇ ਓਤਨਾ ਇੱਕ ਗੱਡ ਲਿਆ ਜਾਂਦਾ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਤਾਂ ਕੁਝ ਇੱਕ ਸੇਵਕ ਲੋਕਾਂ ਨੇ ਹਰਦਵਾਰ ਵੱਲੋਂ ਬਹੁਤ ਲੰਮੇ ਰੁੱਖਾਂ ਨੂੰ ਗੱਡਿਆਂ ਤੇ ਲੱਦ ਕੇ ਲਿਆਂਦਾ ਜਿਨ੍ਹਾਂ ਦੇ ਹੋਰ ਨਾ ਕੰਮਾਂ ਤੋਂ ਇਲਾਵਾ ਨਿਸ਼ਾਨ ਸਾਹਿਬ ਵੀ ਦਰਬਾਰ ਸਾਹਿਬ ਆਦਿ ਕਿਚ ਉੱਚੇ ਕਰਕੇ ਲਾਏ ਗਏ ਪਰ ਉਦੋਂ ਇਹਨਾਂ ਤੇ ਕੋਈ ਕਪੜਾ ਨਹੀਂ ਚੜਾਇਆ ਜਾਂਦਾ ਸੀ ਤੇ ਉਹ ਲੱਕੜੀ ਦੇ ਨਿਸ਼ਾਨ ਸਾਹਿਬ ਵੀ ਸਿਉਂਕ ਲੱਗ ਕੇ ਕਮਜ਼ੋਰ ਪੈ ਕੇ ਕੁਝ ਸਮੇਂ ਤੋਂ ਬਾਅਦ ਡਿੱਗ ਪੈਂਦੇ ਸੀ ਹਲੇ ਲੋਹੇ ਦੀ ਕਾੜ ਇਤਨੇ ਵੱਡੇ ਪੈਮਾਨੇ ਤੇ ਨਹੀਂ ਸੀ ਹੋਈ ਸਮਾਪਾ ਕੇ ਲੋਹੇ ਦੀ ਕਾੜ ਨਿਕਲੀ ਤਾਂ ਨਿਸਾਨ ਸਭ ਲੋਹੇ ਦੇ ਬਣ ਕੇ ਲਾਏ ਜਾਣ ਲੱਗੇ ਤੇ ਇਥੇ ਇਹਨਾਂ ਦੇ ਉੱਤੇ ਹੌਲੀ-ਹੌਲੀ ਦੇਖਾ-ਦੇਖੀ ਕਿ ਲੋਹੇ ਨੂੰ ਜਾਂ ਲੱਕੜੀ ਨੂੰ ਸੋਨਾ ਬਣਾਉਣ ਵਾਸਤੇ ਪੇਂਟ ਕਰਨਾ ਪੈਂਦਾ ਸੀ ਰੰਗ ਕਰਨਾ ਪੈਂਦਾ ਸੀ ਤਾਂ ਕਿ ਇਹਨਾਂ ਦਾ ਜਿਹੜਾ ਜੰਗਾਲ ਵਗੈਰਾ ਸਾਹਮਣੇ ਨਜ਼ਰ ਨਾ ਆਵੇ ਇਸ ਕਰਕੇ ਕੁਝ ਵੀਰਾਂ ਭੈਣਾ ਨੇ ਆਪਣੀ ਸੋਚ ਦੇ ਨਾਲ ਇਹਨਾਂ ਤੇ ਕੱਪੜੇ ਲਪੇਟਣੇ ਸ਼ੁਰੂ ਕਰ ਦਿੱਤੇ ਕਿਉਂਕਿ ਗੂਗੇ ਮਾੜੀ ਆਦਿਕ ਦੇ ਉੱਤੇ ਵੀ ਉੱਥੇ ਜਿਹੜਾ ਝੰਡਾ ਲੱਗਿਆ ਹੁੰਦਾ ਉਹਦੇ ਤੇ ਵੀ ਕੱਪੜੇ ਲਪੇਟੇ ਜਾਂਦੇ ਨੇ ਹੌਲੀ-ਹੌਲੀ ਇਹ ਤੇ ਕੱਪੜਾ ਲਪੇਟਣ ਦੀ ਥਾਂ ਤੇ ਫਿਰ ਜਦੋਂ ਮਸ਼ੀਨਾਂ ਵਗੈਰਾ ਦੀਆਂ ਕਾਢਾਂ ਨਿਕਲੀਆਂ ਤਾਂ ਇਹਤੇ ਚੋਲੇ ਝੜਾਏ ਝੜਾਏ ਜਾਣ ਲੱਗ ਪਏ ਜਦੋਂ ਕਿ ਬਾਸ ਦੇ ਡੰਡੇ ਤੇ ਜਾਂ ਲੋਹੇ ਦੇ ਲੱਠ ਦੇ ਉੱਤੇ ਕੱਪੜਾ ਪਹਿਨਾਉਣ ਦੀ ਚੋਲਾ ਪਹਿਨਾਉਣ ਦੀ ਕੁੜਤਾ ਪਜਾਮਾ ਪਹਿਨਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਇਹ ਸਾਰਾ ਕੁਝ ਪ੍ਰਚਲਿਤ ਹੋ ਗਿਆ ਇਹਦੀਆਂ ਕੋਈ ਤਰੀਕਾ ਕੋਈ ਪਰੰਪਰਾਵਾਂ ਨਹੀਂ ਮਿਲਦੀਆਂ ਹੁਣ ਤਾਂ ਕੱਲਾ ਰੰਗ ਬਸੰਤੀ ਹੀ ਨਹੀਂ ਹੈ ਰਹਿਤ ਮਰਿਆਦਾ ਜ ਤਾਂ ਸੁਰਮਈ ਵੀ ਲਿਖਿਆ ਤੇ ਸੁਰਮਈ ਰੰਗ ਤਾਂ ਕਿਤੇ ਵਿਰਲੇ ਥਾਂ ਤੇ ਜਿਹੜਾ ਗੁਰਦੁਆਰਾ ਨਹਿਂਗਾ ਦੇ ਕਬਜ਼ੇ ਚ ਹੈ ਉੱਥੇ ਕਿਤੇ ਸੁਰਮੇ ਰੰਗਾ ਚੋਲਾ ਚੜ੍ਹ ਦਿੰਦੇ ਨੇ ਨਹੀਂ ਤਾਂ ਸਾਰੇ ਕੀਤੇ ਬਸੰਤੀ ਹੀ ਨਹੀਂ ਬਲਕਿ ਲਾਲ ਰੰਗ ਦਾ ਜਾਂ ਭਗਵੇਂ ਰੰਗ ਦੇ ਚੋਲੇ ਆ ਚੁੱਕੇ ਹੋਏ ਨੇ ਤੇ ਬਹੁਤ ਸਾਰੇ ਜਿਹੜੇ ਸਰੋਪੇ ਨੇ ਸਾਡੇ ਗਲਾਂ 'ਚ ਇੱਕ ਦੂਜੇ ਦੇ ਪਾਏ ਜਾਂਦੇ ਨੇ ਉਹ ਵੀ ਲਾਲ ਰੰਗ ਦੇ ਹੋ ਚੁੱਕੇ ਹੋਏ ਨੇ ਇਹਨੂੰ ਆਪਾਂ ਕਹਿੰਦੇ ਆ ਕਿ ਭਗਮਾ ਕਰਨ ਸਾਡੇ ਉੱਤੇ ਲਗਾਤਾਰ ਸਾਡੇ ਲੀਡਰਾਂ ਦੀ ਅਣਗਹਿਲੀ ਦੇ ਕਾਰਨ ਹਾਵੀ ਹੋ ਚੁੱਕਿਆ ਹੋਇਆ ਹੈ ਇਹ ਅਸੀਂ ਸਾਰਾ ਕੁਝ ਕਿਉਂ ਕਰ ਰਹੇ ਆ ਇਹਦਾ ਪਿਛੋਕੜ ਕੀ ਹੈ ਇਹਦਾ ਫਾਇਦਾ ਕੀ ਹੋਵੇਗਾ ਕੋਈ ਸੋਚਣ ਨੂੰ ਤਿਆਰ ਨਹੀਂ ਕੋਈ ਵਿਚਾਰ ਕਰਨ ਨੂੰ ਤਿਆਰ ਨਹੀਂ ਤੇ ਗੁਰੂ ਸਾਹਿਬ ਨੇ ਅਜਿਹੀਆਂ ਚੀਜ਼ਾਂ ਦਾ ਕਦੋਂ ਸਾਨੂੰ ਹੁਕਮ ਕੀਤਾ ਕਿਉਂ ਪੈਸਾ ਅਜਾਈਂ ਗਵਾਇਆ ਜਾ ਰਿਹਾ ਹੈ ਤੇ ਕਿਉਂ ਇਹਨਾਂ ਚੋਲਿਆਂ ਤੇ ਪੈਸਾ ਰੋੜਿਆ ਜਾ ਰਿਹਾ ਹੈ ਤੇ ਹੁਣ ਤੇ ਨਿਸਾਨ ਸਾਹਿਬ ਤੇ ਚੋਲਾ ਹੀ ਇਕੱਲਾ ਨਹੀਂ ਨਿਸਾਨ ਸਾਹਿਬ ਨੂੰ ਦੁੱਧ ਦੇ ਨਾਲ ਕਈਆਂ ਥਾਵਾਂ ਤੇ ਧੋਇਆ ਵੀ ਜਾਂਦਾ ਹੈ ਤੇ ਨਿਸਾਨ ਸਾਹਿਬ ਨੂੰ ਪੈਸੇ ਰੱਖ ਕੇ ਮੱਥੇ ਵੀ ਟੇਕੇ ਜਾਂਦੇ ਨੇ ਤੇ ਕਈਆਂ ਥਾਵਾਂ ਤੇ ਤਾਂ ਨਿਸਾਨ ਸਾਹਿਬ ਦੇ ਥੜੇ ਦੇ ਉੱਤੇ ਕੜਾਹ ਪ੍ਰਸ਼ਾਦ ਵੀ ਰੱਖ ਦਿੱਤਾ ਜਾਂਦਾ ਤੇ ਕਈਆਂ ਨੇ ਨਿਸਾਨ ਸਾਹਿਬ ਦੇ ਥੱਲੇ ਗੋਲਕਾਂ ਵੀ ਰੱਖ ਦਿੱਤੀਆਂ ਨੇ ਬਹੁਤ ਕੁਝ ਵਿਗੜ ਚੁੱਕਿਆ ਜੇ ਤੁਸੀਂ ਅਸੀਂ ਸਾਰੇ ਸੁਚੇਤ ਹੋਵਾਂਗੇ ਸ਼੍ਰੋਮਣੀ ਕਮੇਟੀ ਨੂੰ ਹਲਾਵਾਂਗੇ ਝੰਜੋੜਾਂਗੇ ਤੇ ਜਾਂ ਉਹਨੂੰ ਤਬਦੀਲ ਕਰਾਂਗੇ ਤੇ ਫਿਰ ਸੁਧਾਰ ਹੋਣ ਦੇ ਚਾਂਸ ਮਨ ਸਕਦੇ ਆ ਨਹੀਂ ਤੇ ਹਾਲ ਦੀ ਘੜੀ ਤਾਂ ਸਿੱਖ ਸਮਾਜ ਅੱਖਾਂ ਮੀਟ ਕੇ ਜਿੱਧਰ ਨੂੰ ਕਿਸੇ ਨੇ ਤੋਰ ਦਿੱਤਾ ਉਧਰ ਹੀ ਤੁਰ ਪੈਂਦਾ ਸੋਚਣ ਸਮਝਣ ਦੀ ਖੇਚਲ ਹੀ ਨਹੀਂ ਕਰਦਾ ਕਿ ਜਿਹੜਾ ਕਾਰਜ ਅਸੀਂ ਕਰ ਰਹੇ ਆ ਸਮਾਂ ਬਰਬਾਦ ਕਰ ਰਹੇ ਆ ਪੈਸੇ ਬਰਬਾਦ ਕਰ ਰਹੇ ਆ ਇਹਦਾ ਨਤੀਜਾ ਕੀ ਨਿਕਲਿਆ ਇਹਦੀ ਆਉਟਪੁੱਟ ਕੀ ਹੈ ਇਹਦਾ ਸਾਨੂੰ ਫਾਇਦਾ ਕੀ ਹੋਵੇਗਾ ਗੁਰੂ ਸਾਹਿਬ ਨੇ ਕਿਹੜੀ ਮਰਿਆਦਾ ਇਹ ਸਾਨੂੰ ਦਿੱਤੀ ਹੈ ਇਹਦਾ ਪਿਛੋਕੜ ਕੀ ਹੈ ਕੁਝ ਵੀ ਸੋਚਣ ਨੂੰ ਤਿਆਰ ਨਹੀਂ ਇਹਨਾਂ ਸਾਰੀਆਂ ਚੀਜ਼ਾਂ ਤੇ ਬਹੁਤ ਧਿਆਨ ਦੇਣ ਦੀ ਲੋੜ ਹੈ 62 ਨੰਬਰ ਸਵਾਲ ਭਾਈ ਦਲਜੀਤ ਸਿੰਘ ਇਟਲੀ ਤੋਂ ਪੁੱਛਦੇ ਨੇ ਕਿ ਮੈਂ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸਮਝਦਾ ਹਾਂ ਤੇ ਜੋ ਢੰਗ ਨਾਲ ਨਿਭਾਉਂਦਾ ਹਾਂ ਕੀ ਹੁਣ ਵੀ ਮੈਨੂੰ ਗੁਰਬਾਣੀ ਪੜ੍ਹਨ ਦੀ ਲੋੜ ਹੈ ਗੁਰੂ ਪਿਆਰ ਵਾਲਿਓ ਇੱਥੇ ਇਹ ਧਿਆਨ ਰਹੇ ਕਿ ਅਸੀਂ ਇੱਕ ਕੇਂਦਰ ਨਾਲ ਜੁੜੇ ਰਹੀਏ ਗੁਰਬਾਣੀ ਪੜ੍ਹਨ ਦਾ ਮਤਲਬ ਹੈ ਜਿੱਥੇ ਚੰਗੇ ਇਨਸਾਨ ਬਣ ਕੇ ਅਸੀਂ ਸਮਾਜ ਦਾ ਭਲਾ ਕਰਨਾ ਹੈ ਆਪਣੇ ਪਰਿਵਾਰ ਦੀ ਸੰਭਾਲ ਕਰਨੀ ਹੈ ਆਪਣੇ ਆਪੇ ਨੂੰ ਹੋਰ ਵਿਕਸਿਤ ਕਰਨਾ ਹੈ ਉਥੇ ਨਾਲ ਨਾਲ ਇੱਕ ਅਸੀਂ ਕੇਂਦਰੀ ਧੁਰੇ ਨਾਲ ਵੀ ਜੁੜੇ ਰਹਿਣਾ ਹੈ ਗੁਰਬਾਣੀ ਨੂੰ ਭਾਵੇਂ ਰੋਜ਼ ਰੋਜ਼ ਤੁਸੀਂ ਨਾ ਪੜੋ ਪਰ ਅਸੀਂ ਜਦੋਂ ਇਹ ਮੰਨਦੇ ਵਿੱਚ ਧਾਰਨਾ ਰੱਖਾਂਗੇ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ ਤਾਂ ਇਹਦੇ ਨਾਲ ਸਾਡਾ ਇੱਕ ਕੇਂਦਰ ਬਣਿਆ ਰਹੇਗਾ ਅਸੀਂ ਇੱਕ ਜਥੇਬੰਦੀ ਦੇ ਨਾਲ ਜੁੜੇ ਰਵਾਂਗੇ ਇਹਦੇ ਨਾਲ ਸਾਡੀ ਸਮਾਜ ਦੇ ਵਿੱਚ ਪਛਾਣ ਅਤੇ ਤਾਕਤ ਬਣੀ ਰਹੇਗੀ ਜਿੱਥੇ ਹੋਰ ਬਹੁਤ ਚੀਜ਼ਾਂ ਦੀ ਜ਼ਰੂਰਤ ਹੈ ਸਮਾਜ ਦੇ ਵਿੱਚ ਕਾਮਯਾਬ ਹੋਣ ਵਾਸਤੇ ਉੱਥੇ ਸਾਡੀ ਗਿਣਤੀ ਵੀ ਵੱਧ ਹੋਵੇ ਇਸ ਗੱਲ ਦੀ ਵੀ ਬੜੀ ਜ਼ਰੂਰਤ ਹੈ ਕਿਉਂਕਿ ਅੱਜ ਵੋਟਾਂ ਦਾ ਰਾਜ ਹੈ ਤੇ ਵੋਟਾਂ ਦੇ ਰਾਜ ਵਿੱਚ ਸਾਡੀ ਗਿਣਤੀ ਵੀ ਕਾफी ਸਾਰੀ ਚਾਹੀਦੀ ਹੈ ਤੇ ਸਿਆਣਪ ਵੀ ਜ਼ਰੂਰੀ ਹੈ ਤੇ ਜੇ ਤੁਸੀਂ ਗੁਰਬਾਣੀ ਨੂੰ ਰੋਜ਼-ਰੋਜ਼ ਭਾਵੇਂ ਜਿਵੇਂ ਕਿ ਮਸ਼ੀਨੀ ਢੰਗ ਨਾਲ ਲੋਕੀ ਪੜ੍ਹਦੇ ਨੇ ਉਸ ਤਰ੍ਹਾਂ ਭਾਵੇਂ ਨਾ ਪੜੋ ਪਰ ਉਂਝ ਮੇਰੀ ਜ਼ਰੂਰ ਬੇਨਤੀ ਇਹ ਹੈ ਕਿ ਕੋਈ ਬੰਦਾ ਇਹ ਦਾਵਾ ਨਹੀਂ ਕਰ ਸਕਦਾ ਕਿ ਮੈਂ ਸਾਰੀ ਗੁਰਬਾਣੀ ਧਿਆਨ ਨਾਲ ਪੜ ਲਈ ਤੇ ਸਾਰੀ ਸਮਝ ਲਈ ਤੇ ਮੈਂ ਸਾਰੀ ਜ਼ਿੰਦਗੀ ਚ ਆਪਣੇ ਚ ਲਾਗੂ ਕਰ ਲਈ ਇਹ ਸੰਭਵ ਨਹੀਂ ਹੈ ਜਿਵੇਂ ਜਿਵੇਂ ਅਸੀਂ ਗੁਰਬਾਣੀ ਨੂੰ ਰੋਜ਼ਾਨਾ ਪੜਾਂਗੇ ਬਹੁਤ ਸਾਰੀਆਂ ਨਵੀਆਂ ਗੱਲਾਂ ਸਾਨੂੰ ਉਤਸ਼ਾਹ ਦੇਣ ਵਾਲੀਆਂ ਉਹ ਸਾਨੂੰ ਸਮਝ ਆਉਂਦੀਆਂ ਜਾਂਦੀਆਂ ਨੇ ਤੇ ਅਸੀਂ ਹੋਰ ਉਤਸ਼ਾਹ ਦੇ ਨਾਲ ਉਹਨੂੰ ਆਪਣੇ ਸੰਗੀ ਸਾਥੀਆਂ ਭੈਣਾ ਭਰਾਵਾਂ ਨੂੰ ਦੱਸਦੇ ਆ ਇਹਦੇ ਨਾਲ ਜਿੱਥੇ ਸਾਨੂੰ ਉਤਸ਼ਾਹ ਮਿਲਦਾ ਹੈ ਉੱਥੇ ਭੈਣ ਭਰਾ ਹੋਰ ਵੀ ਸਾਡੇ ਨਾਲ ਜੁੜਦੇ ਨੇ ਇਹਦੇ ਨਾਲ ਸਾਡੀ ਗਿਣਤੀ ਵੀ ਵੱਧਦੀ ਹੈ ਸਮਾਜ ਦੇ ਵਿੱਚ ਸਾਡਾ ਰੁਤਬਾ ਵੀ ਉੱਚਾ ਹੁੰਦਾ ਹੈ ਭਾਵੇਂ ਕਿ ਅਸੀਂ ਗੁਰਮਤ ਅਨੁਸਾਰ ਚੰਗੇ ਇਨਸਾਨ ਬਣਦੇ ਆ ਜਿੱਥੇ ਸਰਕਾਰਾਂ ਸਾਨੂੰ ਡੰਡੇ ਦੇ ਜ਼ੋਰ ਨਾਲ ਚੰਗੇ ਇਨਸਾਨ ਬਣਨ ਵਾਸਤੇ ਤਾਕਤ ਦੀ ਵਰਤੋਂ ਕਰਦੀਆਂ ਨੇ ਇੱਥੇ ਗੁਰਬਾਣੀ ਹੈ ਜਿਹੜਾ ਪ੍ਰੇਰਣਾ ਕਰਕੇ ਪਿਆਰ ਦੇ ਨਾਲ ਸਾਨੂੰ ਚੰਗੇ ਇਨਸਾਨ ਬਣਾਉਣ ਵਾਸਤੇ ਯਤਨ ਕਰਦੀ ਹੈ ਉਪਰਾਲਾ ਕਰਦੀ ਹੈ ਤਾਂ ਇਹਦੇ ਨਾਲ ਗੁਰੂ ਨਾਲ ਨੇੜਤਾ ਬਣੀ ਰਹਿੰਦੀ ਹੈ ਗੁਰੂ ਦੇ ਪਿਆਰ ਅਤੇ ਉਹਨਾਂ ਦਾ ਗਿਆਨ ਇਹ ਸਾਡੇ ਸਾਹਮਣੇ ਰਹਿੰਦਾ ਹੈ ਤੇ ਅਸੀਂ ਇਹਦੇ ਕਰਕੇ ਉਹਨਾਂ ਦਾ ਬਾਰ-ਬਾਰ ਸ਼ੁਕਰੀਆ ਅਦਾ ਕਰਦੇ ਰਹਿੰਦੇ ਹਾਂ ਇਹ ਸਾਡਾ ਇੱਕ ਮਜ਼ਬੂਤ ਕੇਂਦਰੀ ਥੰਮ ਗੁਰੂ ਗ੍ਰੰਥ ਸਾਹਿਬ ਇਹਦੇ ਨਾਲ ਫਿਰ ਅਸੀਂ ਜਦੋਂ ਜੁੜਾਂਗੇ ਤਾਂ ਇਹ ਸਾਡਾ ਕਿੱਡਾ ਵੱਡਾ ਵੀ ਦਾਇਰਾ ਹੋ ਜਾਵੇ ਤਾਂ ਸਾਡਾ ਇਹ ਕੇਂਦਰ ਬਿੰਦੂ ਹੋਣ ਕਰਕੇ ਸਾਡੀ ਸ਼ਕਤੀ ਗਿਣਤੀ ਦੇ ਪੱਖੋਂ ਵੀ ਤੇ ਧਰਮ ਦੇ ਪੱਖੋਂ ਵੀ ਅਸੀਂ ਮਜਬੂਤੀ ਪਕੜਾਂਗੇ ਤੇ ਸਮਾਜ ਦੇ ਵਿੱਚ ਸਾਡੀ ਪਛਾਣ ਹੋਵੇਗੀ। ਸਵਾਲ ਨੰਬਰ 63 ਭਾਈ ਗੁਰਬਾਜ ਸਿੰਘ ਅੰਮ੍ਰਿਤਸਰ ਤੋਂ ਇਹ ਸਵਾਲ ਕਰਦੇ ਨੇ ਗੁਰੂ ਤੇਗ ਬਹਾਦਰ ਜੀ ਨੂੰ ਗੁਰਗੱਦੀ ਕਿਵੇਂ ਮਿਲੀ ਜਿਵੇਂ ਕਿ ਪ੍ਰਚਾਰਿਆ ਗਿਆ ਗੁਰੂ ਲਾਧੋਰੇ ਵਾਲੀ ਸਾਖੀ ਇਹ ਤਾਂ ਠੀਕ ਨਹੀਂ ਲੱਗਦੀ। ਬਿਲਕੁਲ ਤੁਸੀਂ ਠੀਕ ਆਪਣੇ ਮਨ 'ਚ ਸੋਚਿਆ ਹੈ। ਬਹੁਤ ਸਾਰੇ ਅਣਜਾਣ ਕਥਾਵਾਚਕਾਂ ਨੇ ਸੂਰਜ ਪ੍ਰਕਾਸ਼ ਵਰਗੀਆਂ ਕਿਤਾਬਾਂ ਨੂੰ ਹਵਾਲੇ ਲੈ ਕੇ ਇਸ ਸਾਖੀ ਨੂੰ ਬਹੁਤ ਪ੍ਰਚਲਿਤ ਕਰ ਦਿੱਤਾ ਤੇ ਗੁਰਮਤਿ ਦੇ ਸਿਧਾਂਤਾਂ ਤੋਂ ਉਲਟ ਗੁਰੂ ਤੇਗ ਬਹਾਦਰ ਜੀ ਨੂੰ 26 ਸਾਲ ਤੇ ਕੁਝ ਮਹੀਨੇ ਭੋਰੇ 'ਚ ਵੜ ਕੇ ਵੀ ਬਿਠਾ ਦਿੱਤਾ ਜਦੋਂ ਕਿ ਗੁਰਬਾਣੀ ਅਜੇਹੇ ਭੋਰੇ 'ਚ ਵੜਨ ਤੋਂ ਭਗਤੀ ਤਪੱਸਿਆ ਕਰਨ ਤੋਂ ਲੋਕਾਂ ਤੋਂ ਕਿਨਾਰਾ ਕਰਨ ਤੋਂ ਗੁਰਬਾਣੀ ਰੋਕਦੀ ਐ ਬੇਅੰਤ ਹੁਕਮ ਗੁਰਬਾਣੀ ਚ ਇਹੋ ਜਿਹ ਨੇ ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ ਜਾਂ ਕਹਿ ਰਦਾ ਭਾਉ ਹੈ ਦੂਜਾ ਭਾਵ ਕੇ ਕਿਹੜੇ ਜਪ ਤਪ ਦੀਆਂ ਗੱਲਾਂ ਕਰਦੇ ਹੋ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ yogੀਆਂ ਨੂੰ ਫਟਕਾਰਾਂ ਪਾਈਆਂ ਨੇ ਕਿ ਤੁਸੀਂ ਪਹਾੜਾਂ ਚ ਬੈਠ ਗਏ ਹੋ ਉਥੇ ਜਪ ਤਪ ਦੀਆਂ ਡੀਂਗਾ ਮਾਰਦੇ ਹੋ ਹੋਰ ਸਾਧੂ ਸੰਤ ਬੇਅੰਤ ਪਖੰਡ ਕਰਦੇ ਸੀ ਜਪ ਤਪ ਦਾ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਵੀ ਲਾਣਤਾ ਪਾਈਆਂ ਨੇ ਕਿ ਤੁਹਾਡਾ ਜਪ ਤਪ ਕਿਸੇ ਕੰਮ ਨਹੀਂ ਆਇਆ ਤੇ ਦੇਸ਼ ਗੁਲਾਮ ਹੋ ਗਿਆ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਨੇ ਕਤਲੋਗਾਰਤ ਹੋ ਰਹੀ ਹੈ ਚਾਰੇ ਪਾਸੇ ਹਫੜਾ ਦਪੜੀ ਮੱਚੀ ਹੋਈ ਹੈ ਤੇ ਤੁਸੀਂ ਦੱਸੋ ਤੁਹਾਡੇ ਇਸ ਜਪ ਤਪ ਨੇ ਕੀ ਸੰਵਾਰਿਆ ਕਿਸੇ ਦਾ ਤੇ ਇਸ ਜਪ ਤਪ ਨੇ ਤਾਂ ਸਿੱਖਾਂ ਦਾ ਵੀ ਕੁਝ ਨਹੀਂ ਸੰਵਾਰਿਆ ਜਿਹੜੇ ਜਪ ਤਪ ਦੀਆਂ ਡੀਂਗਾ ਮਾਰਦੇ ਨੇ ਉਹਨਾਂ ਨੇ ਕਦੀ ਵੀ ਕੋਈ ਪਰਉਪਕਾਰ ਕਦੀ ਵੀ ਕੋਈ ਵੱਡਾ ਕੰਮ ਨਹੀਂ ਕੀਤਾ ਕੇਵਲ ਜਪ ਤਪ ਦੂਜਿਆਂ ਤੇ ਰੋਹ ਪਾਉਣ ਵਾਸਤੇ ਹੈ ਫਿਰ ਗੱਦੀ ਕਿਵੇਂ ਮਿਲੀ ਦਰਅਸਲ ਗੱਲ ਇਹ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿਹੜਾ 26 ਸਾਲ ਭੋਰੇ ਚ ਬੰਦ ਕਰਨ ਵਾਲੀ ਸਾਖੀ ਹੈ ਉਹਨਾਂ ਸਮਿਆਂ ਚ ਗੁਰੂ ਤੇਗ ਬਹਾਦਰ ਸਾਹਿਬ ਨੇ ਆਸਾਮ ਬੰਗਾਲ ਬਿਹਾਰ ਢਾਕਾ ਅਤੇ ਹੋਰ ਦੂਰ ਦੇ ਇਲਾਕਿਆਂ ਦਾ ਲੰਮਾ ਪ੍ਰਚਾਰ ਦੌਰਾ ਕੀਤਾ ਇਹ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਦਾ ਜਨਮ ਵੀ ਪੰਜਾਬ ਤੋਂ ਬਾਹਰ ਪਟਨੇ ਦੇ ਅਸਥਾਨ ਤੇ ਹੋਇਆ ਜੇ ਗੁਰੂ ਤੇਗ ਬਹਾਦਰ ਸਾਹਿਬ ਬਾਹਰ ਪ੍ਰਚਾਰ ਦੌਰਿਆਂ ਤੇ ਗਏ ਸੀ ਤਾਹੀਂ ਇਹ ਸਾਰਾ ਕੁਝ ਵਾਪਰੇ ਆ ਤੇ ਗੁਰੂ ਨਾਨਕ ਸਾਹਿਬ ਤੋਂ ਮਗਰੋਂ ਵੱਡੇ ਪ੍ਰਚਾਰ ਦੌਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਹੀ ਕੀਤੇ ਨੇ ਸਿੱਖਾਂ ਨੂੰ ਜਗਾਇਆ ਤੇ ਕੇਂਦਰ ਨਾਲ ਜੋੜਨ ਦਾ ਉਹਨਾਂ ਨੇ ਯਤਨ ਕੀਤਾ ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਹੁਤ ਲੰਮੇ ਸਮੇਂ ਤੋਂ ਬਾਅਦ ਸੱਤਵੇਂ ਪਾਤਸ਼ਾਹ ਦੀ ਜੋਤੀ ਜੋਤ ਸਮਾਉਣ ਦਾ ਪਤਾ ਲੱਗਿਆ ਤੇ ਉਹ ਪੰਜਾਬ ਵੱਲ ਵਾਪਸ ਆ ਰਹੇ ਸਨ ਤਾਂ ਉਹਨਾਂ ਨੂੰ ਰਸਤੇ ਵਿੱਚ ਖਬਰ ਮਿਲੀ ਦਿੱਲੀ ਆ ਕੇ ਕਿ ਗੁਰੂ ਹਰਾਈ ਗੁਰੂ ਹਰਿਕ੍ਰਿਸ਼ਨ ਸਾਹਿਬ ਇਸ ਵਕਤ ਗੱਦੀ ਦੇ ਉੱਤੇ ਬਰਾਜਮਾਨ ਨੇ ਤੇ ਉਹ ਦਿੱਲੀ ਵਿੱਚ ਹੀ ਆਏ ਹੋਏ ਨੇ ਕਿਉਂਕਿ ਅਜ ਵਾਂਗੂ ਉਦੋਂ ਕੋਈ ਸੰਚਾਰ ਸਿਸਟਮ ਤਾਂ ਹੈ ਨਹੀਂ ਸੀ ਉਹਨਾਂ ਨੇ ਪਤਾ ਕਰਕੇ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਕਿੱਥੇ ਠਹਿਰੇ ਹੋਏ ਨੇ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਥੇ ਪਹੁੰਚ ਗਏ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 30 ਮਾਰਚ 1664 ਨੂੰ ਮੁਲਾਕਾਤ ਹੋਈ ਹੈ ਤੇ ਇਹ ਮੁਲਾਕਾਤਾਂ ਕਈ ਵਾਰੀ ਹੋਈਆਂ ਨੇ ਤਿੰਨ ਦਿਨ ਤੱਕ ਉਮੀਦ ਕੀਤੀ ਜਾਂਦੀ ਹੈ ਕਿ ਇਹ ਇਕੱਠੇ ਰਹੇ ਨੇ ਤੇ ਉਥੇ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਜਿਹੜੀ ਕਿ ਚੇਚਕ ਦੀ ਬਿਮਾਰੀ ਆਖਿਆ ਜਾਂਦਾ ਹੈ ਅਸਲ ਦੇ ਵਿੱਚ ਸਮੇਂ ਦੀ ਹਕੂਮਤ ਔਰੰਗਜ਼ੇਬ ਦੇ ਬੰਦਿਆਂ ਵੱਲੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਕੋਈ ਜ਼ਹਿਰੀਲਾ ਪਦਾਰਥ ਪਿਆ ਦਿੱਤਾ ਗਿਆ ਸੀ ਜਿਹਦੇ ਕਾਰਨ ਉਹਨਾਂ ਦਾ ਸਰੀਰ ਕਮਜ਼ੋਰ ਹੋ ਗਿਆ ਸੀ ਫੁੱਟਣਾ ਸ਼ੁਰੂ ਹੋ ਗਿਆ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਆਪਣਾ ਅੰਤ ਸਮਾ ਨੇੜੇ ਜਾਣ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿ ਦਿੱਤਾ ਕਿ ਤੁਸੀਂ ਹੁਣ ਪੰਜਾਬ ਚਲੇ ਜਾਓ ਮੇਰਾ ਅੰਤ ਸਮਾ ਆ ਗਿਆ ਤੇ ਮੇਰੇ ਤੋਂ ਬਾਅਦ ਗੁਰਤਾ ਦੀ ਜ਼ਿੰਮੇਵਾਰੀ ਇਹ ਤੁਹਾਡੀ ਹੋਵੇਗੀ ਇਸ ਤਰ੍ਹਾਂ ਕੱਲਾ ਭਾਈ ਮੱਖਣ ਸ਼ਾਹ ਹੀ ਨਹੀਂ ਸੀ ਉਦੋਂ ਜਿਨੇ ਇਹ ਉੱਚਾ ਨਾਰਾ ਲਾ ਕੇ ਗੁਰੂ ਲਾਧੌਰੇ ਕਿਹਾ ਬਲਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਹੋਰ ਵੀ ਬਹੁਤ ਸਾਰੇ ਸਿੱਖ ਸਨ ਜਿਨ੍ਹਾਂ ਦੇ ਸਾਹਮਣੇ ਇਹ ਸਾਰਾ ਹੁਕਮ ਦਿੱਤਾ ਗਿਆ ਸੀ ਉਸ ਤੋਂ ਬਾਅਦ 8ਵੇਂ ਪਾਤਸ਼ਾਹ ਦਾ ਅੰਤਮ ਕਿਰਿਆਵਾਂ ਕਰਕੇ ਜਿਹੜੇ ਸਿੱਖ ਉੱਥੇ ਸਨ ਉਹ ਸਾਰੇ ਹੌਲੀ-ਹੌਲੀ ਵਾਪਸ ਆਏ ਉਹਨਾਂ ਨੇ ਵੀ ਬਾਬੇ ਬਕਾਲੇ ਆ ਕੇ ਸਾਰੀ ਗੱਲ ਦੱਸੀ ਕਿ ਗੁਰਗੱਦੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਤੀ ਗਈ ਹੈ ਬਾਕੀ ਇਹ ਸਾਰੇ ਲੁਟੇਰੇ ਐਵੇਂ ਦਾਵਾ ਕਰਦੇ ਨੇ ਅਸੀਂ ਉੱਥੇ ਮੌਜੂਦ ਸਾਂ ਇਹ ਸਾਰਾ ਘਟਨਾਕਰਮ ਇਸ ਤਰ੍ਹਾਂ ਕਰਕੇ ਵਾਪਰੇ ਆ ਤੇ ਕੱਲੇ ਮੱਖਣਸ਼ਾ ਲਬਾਣਾ ਦੇ ਆਖਣ ਨਾਲ ਸਾਰਾ ਕੁਝ ਨਹੀਂ ਹੋਇਆ ਜੇ ਕਿਤੇ ਮੱਖਣਸ਼ਾ ਲਬਾਣਾ ਕਿਸੇ ਹੋਰ ਦਾ ਨਾਮ ਲੈ ਲੈਂਦਾ ਕੀ ਸਾਰੇ ਸਿੱਖਾਂ ਨੇ ਫਿਰ ਉਹਦੇ ਮਗਰ ਲੱਗ ਜਾਣਾ ਸੀ ਇਹਦਾ ਮਤਲਬ ਸਿੱਖ ਬਾਕੀ ਸਾਰੇ ਕਮਲੇ ਤੇ ਇੱਕ ਮੱਖਣਸ਼ਾ ਸਿਆਣਾ ਤੇ ਮੱਖਣਸ਼ਾ ਦੇ ਨਾਲ ਤੇ ਹੋਰ ਵੀ ਘਟਨਾਵਾਂ ਜੋੜ ਦਿੱਤੀਆਂ ਕਿ ਉਹਨੇ ਇਮਤਿਹਾਨ ਲਿਆ ਉਹਨੇ ਮੋਹਰਾਂ ਰੱਖੀਆਂ ਤੇ ਗੁਰੂ ਤੇਗ ਬਹਾਦਰ ਜੀ ਨੇ ਆਖਿਆ ਭਾਈ ਤੂੰ ਮੋਹਰਾਂ ਤੇ ਵਾਧਾ ਆਖੀਆਂ ਸੀ ਰੱਖੀਆਂ ਘਟ ਨੇ ਤੇ ਫਿਰ ਗੁਰਤੇਗ ਭਾਦਰ ਸਾਹਿਬ ਨੇ ਆਪਣਾ ਮੋਢਾ ਵੀ ਵਿਖਾਇਆ ਮੈਂ ਤਾਂ ਤੇਰਾ ਡੁੱਬਦਾ ਜਹਾਜ਼ ਕੱਢਿਆ ਸੀ ਆ ਕਿੱਲ ਮੇਰੇ ਮੋਢੇ 'ਚ ਖੁੱਬੇ ਪਏ ਨੇ ਇਹ ਗੱਪ ਕਹਾਣੀਆਂ ਜੋੜ ਕੇ ਸਿੱਖਾਂ ਨੂੰ ਬੇਵਕੂ ਬਣਾਇਆ ਜਾ ਰਿਹਾ ਇਹੋ ਜੀ ਕੋਈ ਕਹਾਣੀ ਕੋਈ ਗੱਲ ਨਹੀਂ ਹੈ ਗੁਰੂ ਸਾਹਿਬ ਨੇ ਕੋਈ ਗਲਤੀਆਂ ਇਹੋ ਜੀਆਂ ਨਹੀਂ ਕੀਤੀਆਂ ਅੱਠਵੇਂ ਪਾਤਸ਼ਾਹ ਨੇ ਬਕਾਇਦਾ ਸਾਰਿਆਂ ਦੇ ਸਾਹਮਣੇ ਦਿੱਲੀ ਵਿਖੇ ਸਾਰੀ ਗੱਲ ਸਮਝਾ ਕੇ ਗੁਰਤੇਗ ਭਾਦਰ ਜੀ ਨੂੰ ਗੱਦੀ ਦੇ ਦਿੱਤੀ ਹੈ ਤੇ ਬਾਬੇ ਬਕਾਲੇ ਆ ਕੇ ਸਮਾ ਯੋਗ ਜਾਣ ਕੇ ਗੁਰਤੇਗ ਭਾਦਰ ਜੀ ਨੂੰ ਸਾਰਿਆਂ ਦੇ ਸਾਹਮਣੇ ਗੁਰੂ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਵੱਡੇ ਇਕੱਠ ਦੇ ਵਿੱਚ ਸੌਂਪ ਦਿੱਤੀ ਤੇ ਸਾਰੇ ਸਿੱਖਾਂ ਨੇ ਬੇਨਤੀ ਕੀਤੀ ਕਿ ਅਸੀਂ ਤੁਹਾਡਾ ਸਹਾਇਕ ਦੇਵਾਂਗੇ ਤੁਸੀਂ ਜੋ ਹੁਕਮ ਕਰੋਗੇ ਅਸੀਂ ਸਾਰੇ ਕਾਰਜ ਉਹ ਕਰਾਂਗੇ ਸੋ ਭੋਰੇ ਵਾਲੀ ਅਤੇ ਗੁਰੂ ਲਾ ਦੋਰੇ ਵਾਲੀ ਇਹ ਸਾਖੀਆਂ ਮਨ ਘੜਤ ਨੇ ਇਹਨਾਂ ਨੂੰ ਮੰਨਣ ਦੀ ਕੋਈ ਸਾਡੀ ਮਜਬੂਰੀ ਨਹੀਂ ਹੈ ਇਹਨਾਂ ਨੂੰ ਛੱਡ ਦੇਣ ਦੇ ਵਿੱਚ ਹੀ ਸਾਡਾ ਭਲਾ ਹੈ ਸਵਾਲ ਨੰਬਰ 64 ਭਾਈ ਗੁਰਦਾਸ ਸਿੰਘ ਪਿੰਡ ਮਠੜੀ ਜ਼ਿਲ੍ਹਾ सिरसा ਹਰਿਆਣਾ ਤੋਂ ਸਵਾਲ ਕਰਦੇ ਨੇ ਕੀ ਸਿੰਘ ਅਤੇ ਕੌਰ ਲਾਉਣਾ ਜ਼ਰੂਰੀ ਹੈ ਇਹ ਕਦੋਂ ਸ਼ੁਰੂ ਹੋਇਆ ਗੁਰੂ ਪਿਆਰ ਵਾਲਿਓ ਇੱਕ ਸਾਰਤਾ ਲਿਆਉਣ ਵਾਸਤੇ ਬਹੁਤ ਕੁਝ ਤਰੀਕੇ ਅਪਣਾਉਣੇ ਪੈਂਦੇ ਨੇ ਤਾਂ ਕਿ ਅਸੀਂ ਵੱਡਾ ਛੋਟਾ ਉੱਚਾ ਨੀਵਾ ਸਾਡੇ 'ਚ ਕੋਈ ਨਾ ਰਹੇ ਬ੍ਰਾਹਮਣ ਨੇ ਪੁਰਾਤਨ ਸਮਿਆਂ ਤੋਂ ਹੀ ਆਪਣੇ ਆਪ ਨੂੰ ਉੱਚਾ ਦਰਸਾਉਣ ਵਾਸਤੇ ਹੋਰ ਤਰ੍ਹਾਂ ਦੇ ਨਾਮ ਰੱਖੇ ਸਨ ਖੱਤਰੀਆਂ ਦੇ ਨਾਮ ਹੋਰ ਤਰੀਕੇ ਦੇ ਅਤੇ ਛੂਦਰਾਂ ਦੇ ਨਾਮ ਨਾਲ ਹਰੇਕ ਦੇ ਦਾਸ ਲਾਉਣਾ ਦਾਸ ਮੈਨੇ ਹੁੰਦਾ ਗੁਲਾਮ ਜਿਹੜਾ ਕਿ અપਮਾਨਜਨਕ ਨਾਮ ਛੂਦਰਾਂ ਦੇ ਨਾਲ ਲਾਇਆ ਜਾਂਦਾ ਸੀ ਉਸ ਮੂਰਖਤਾ ਦੇ ਕਾਰਨ ਅੱਜ ਵੀ ਬਹੁਤ ਸਾਰੇ ਲੋਕ ਆਪਣੇ ਬੱਚਿਆਂ ਦੇ ਉਹੋ ਜਿਹੇ ਭੈੜੇ ਨਾਮ ਰੱਖ ਲੈਂਦੇ ਨੇ ਖਾਸ ਕਰਕੇ ਲੜਕੀਆਂ ਦੇ ਤਾਂ ਬਹੁਤ ਹੀ અપਮਾਨਜਨਕ ਨਾਮ ਪਿੰਡਾਂ ਵਿੱਚ ਅੱਜ ਤੱਕ ਵੀ ਰੱਖਲੇ ਜਾਂਦੇ ਨੇ ਜਿਵੇਂ ਕਿ ਚੂਹੀ ਚਿੜੀ ਗਿਦੜੀ ਬਿੱਲੀ ਇਹ ਲੜਕੀਆਂ ਦੇ ਨਾਮ ਰੱਖ ਲੈਂਦੇ ਨੇ ਇਸੇ ਤਰ੍ਹਾਂ ਲੜਕੀਆਂ ਦੇ ਨਾਮ ਵੀ અપਮਾਨਜਨਕ ਬਹੁਤ ਹੈਗੇ ਨੇ ਤੇ ਪਿੰਡਾਂ ਦੇ ਨਾਮ ਵੀ ਅੱਜ ਤੱਕ ਜਿੱਥੇ ਛੁਦਰਾਂ ਆਦਿਕ ਦੀ ਬਹੁ ਗਿਣਤੀ ਸੀ ਉਹਨਾਂ ਪਿੰਡਾਂ ਦੇ ਨਾਮ ਵੀ ਅੱਜ ਤੱਕ ਭੈੜੇ ਮੌਜੂਦ ਨੇ ਕਟਿਆਵਾਲੀ ਗਧਿਆਂ ਵਾਲੀ ਇਸੇ ਤਰ੍ਹਾਂ ਕੁੱਤੀਵਾਲ ਤੇ ਹੋਰ ਕੰਜਰੀ ਪਿੰਡ ਇਹੋ ਜਿਹੇ ਪਿੰਡ ਅੱਜ ਤੱਕ ਪੰਜਾਬ ਦੇ ਵਿੱਚ ਵੀ ਮੌਜੂਦ ਨੇ ਇਹ ਧਿਆਨ ਦੇਣ ਦੀ ਲੋੜ ਹੈ ਗੁਰੂ ਸਾਹਿਬ ਨੇ ਸਾਨੂੰ ਇਕਸਾਰ ਬਰਾਬਰ ਅਧਿਕਾਰ ਦਿੱਤੇ ਸਾਨੂੰ ਆਪਣੇ ਧੀਆ ਪੁੱਤਰ ਬਣਾਇਆ ਤੇ ਸਿੰਘ ਸ਼ਬਦ ਖੱਤਰੀਆਂ ਦੇ ਨਾਮ ਨਾਲ ਪਹਿਲਾਂ ਵੀ ਲੱਗਦਾ ਸੀ ਪਰ ਆਮ ਲੋਕਾਂ ਨੂੰ ਸਿੰਘ ਆਪਣੇ ਨਾਮ ਦੇ ਨਾਲ ਲਾਉਣ ਦੀ ਇਜਾਜ਼ਤ ਨਹੀਂ ਸੀ ਤੇ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਹੁਕਮ ਕਰ ਦਿੱਤਾ ਕਿ ਤੁਸੀਂ ਡਰਨਾ ਨਹੀਂ ਘਬਰਾਉਣਾ ਨਹੀਂ ਬੱਬਰ ਸ਼ੇਰਾ ਵਾਂਗੂ ਤਾਕਤਵਰ ਬਣਨਾ ਹੈ ਬਹਾਦਰ ਬਣਨਾ ਹੈ ਤੇ ਆਪਣੇ ਨਾਮ ਦੇ ਨਾਲ ਤੁਸੀਂ ਸਿੰਘ ਲਾਉਣਾ ਕਿਸੇ ਦੇ ਰੋਕੇ ਹਟਣ ਦੀ ਲੋੜ ਨਹੀਂ ਹੈ ਤੇ ਬੀਬੀਆਂ ਆਪਣੇ ਨਾਮ ਦੇ ਨਾਲ ਕੌਰ ਸ਼ਬਦ ਲਾਉਣਗੀਆਂ ਕੌਰ ਦਾ ਮਤਲਬ ਹੁੰਦਾ ਕਮਰ ਯਾਨੀ ਕਿ ਰਾਜੇ ਦਾ ਬੇਟਾ ਬੇਟੀ ਕਮਰ ਸਾਹਬ ਕਰਕੇ ਰਾਜਿਆਂ ਦੇ ਲੜਕਿਆਂ ਨੂੰ ਆਮ ਤੌਰ ਤੇ ਕਿਹਾ ਜਾਂਦਾ ਸੀ ਤੇ ਲੜਕੀਆਂ ਵਾਸਤੇ ਗੁਰੂ ਸਾਹਿਬ ਨੇ ਆਪਣਾ ਕਮਰ ਬੇਟਾ ਹੋਰ ਆਖਿਆ ਕਿ ਤੁਸੀਂ ਕਮਰ ਕਮਰ ਤੋਂ ਸ਼ਬਦ ਬਦਲ ਕੇ ਹੌਲੀ ਹੌਲੀ ਕੌਰ ਬਣਿਆ ਹੋਇਆ ਤੇ ਕਈ ਰਾਜਿਆਂ ਦੇ ਪੁੱਤਰਾਂ ਨੂੰ ਕੌਰ ਕਰਕੇ ਵੀ ਕੌਰ ਸਾਹਬ ਕਰਕੇ ਵੀ ਜਾਣਿਆ ਜਾਂਦਾ ਤੇ ਕਈ ਇੱਥੇ ਰਾਜਿਆਂ ਦੇ ਮਹਿਲ ਆਦਿਕ ਕੋਠੀਆਂ ਆਦਿਕ ਉਹਨਾਂ ਨੂੰ ਵੀ ਕੌਰ ਜੀ ਮਹਿਲਾ ਕੌਰ ਜੀ ਕੋਠੀ ਇਸ ਤਰ੍ਹਾਂ ਕਰਕੇ ਅੱਜ ਤੱਕ ਵੀ ਜਾਣਿਆ ਜਾਂਦਾ ਹੈ ਸੋ ਲੜਕੀਆਂ ਨੂੰ ਕੌਰ ਸ਼ਬਦ ਯਾਨੀ ਕਿ ਇਹ ਵੀ ਮੇਰਾ ਬੇਟਾ ਹੈ ਤੇ ਆਦਮੀਆਂ ਵਾਸਤੇ ਸਿੰਘਾਂ ਵਾਸਤੇ ਇਹਨਾਂ ਦੇ ਨਾਮ ਨਾਲ ਸਿੰਘ ਸ਼ਬਦ ਲਾਉਣਾ ਇਹ ਗੁਰੂ ਸਾਹਿਬ ਨੇ ਜ਼ਰੂਰੀ ਕਰ ਦਿੱਤਾ ਜਿਵੇਂ ਮੁਸਲਮਾਨਾਂ ਦੇ ਵਿੱਚ ਵੀ ਕੁਝ ਨਿਯਮ ਨੇ ਕਿ ਆਪਣਾ ਨਾਮ ਤੁਸੀਂ ਕਿਹੋ ਜਿਹਾ ਰੱਖਣਾ ਦੁਨੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਨਾਮ ਮੁਹੰਮਦ ਹੈ ਮੁਹੰਮਦ ਉਦਾਂ ਨਹੀਂ ਬਲਕਿ ਹਰੇਕ ਮੁਸਲਮਾਨ ਆਪਣੇ ਨਾਮ ਦੇ ਨਾਲ ਪਹਿਲਾਂ ਜਾਂ ਮਗਰੋਂ ਜਦੋਂ ਐਮ ਪਾਉਂਦਾ ਜਾਂ ਮਮਾ ਪਾਉਂਦਾ ਤਾਂ ਉਦੋਂ ਇਹਦਾ ਮਤਲਬ ਹੈ ਉਹ ਮੁਹੰਮਦ ਕਹਿ ਰਿਹਾ ਕਿ ਮੈਂ ਮੁਹੰਮਦ ਨਾਲ ਸੰਬੰਧਿਤ ਫਲਾਣਾ ਬੰਦਾ ਹਾਂ ਮੈਂ ਉਹਦਾ ਸੇਵਕ ਹਾਂ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਸਾਨੂੰ ਆਪਣੇ ਨਾਲ ਨਹੀਂ ਕੱਲਾ ਜੋੜਿਆ ਬਲਕਿ ਉਹਨਾਂ ਨੇ ਅਜਿਹੀ ਏਕਤਾ ਦੇ ਸੂਤਰ ਵਿੱਚ ਪਰੋਇਆ ਕਿ ਤੁਸੀਂ ਸਿੰਘ ਅਤੇ ਕੌਰ ਮੇਰੇ ਵੱਡੇ ਪਿਆਰੇ ਲਾडले ਹੁਣ ਹਾਰ ਬੱਚੇ ਬੱਚੀਆਂ ਹੋ ਇਕ ਸਾਰਤਾ ਲਿਆਉਣ ਵਾਸਤੇ ਲੜਕੇ ਲੜਕੀਆਂ ਵਾਸਤੇ ਦਸਵੇਂ ਪਾਤਸ਼ਾਹ ਨੇ ਇਹ ਲਾਜ਼ਮੀ ਕਰ ਦਿੱਤਾ ਉਂਝ ਭਾਰਤ ਦੇ ਵਿੱਚ ਇਹ ਨਾਮ ਚੱਲਦਾ ਤਾਂ ਪਹਿਲਾਂ ਵੀ ਸੀ ਪਰ ਇਹ ਜਾਤਾਂ ਪਾਤਾਂ ਤੇ ਆਧਾਰਿਤ ਵੰਡੀਆਂ ਪਈਆਂ ਹੋਈਆਂ ਸੀ ਆਮ ਛੋਟੀ ਜਾਤ ਦੇ ਲੋਕਾਂ ਨੂੰ ਸਿੰਘ ਅਤੇ ਕੌਰ ਸ਼ਬਦ ਲਾਉਣ ਦੀ ਇਜਾਜ਼ਤ ਨਹੀਂ ਸੀ ਅਗਲਾ ਸ਼ਬਦ ਭਾਈ ਸੁਖਵੀਰ ਸਿੰਘ ਗਲਬ ਖੁਰਦ ਨੇੜੇ ਜਗਰਾਉਂ ਜ਼ਿਲ੍ਹਾ ਲੁਧਿਆਣਾ ਤੋਂ ਸਵਾਲ ਪੁੱਛਦੇ ਨੇ ਜੇ ਰੱਬ ਕੁਦਰਤ ਤੋਂ ਵੱਖਰਾ ਨਹੀਂ ਹੈ ਤਾਂ ਇਹਨਾਂ ਪੰਕਤੀਆਂ ਦੇ ਕੀ ਅਰਥ ਹਨ ਨੀਕੀ ਕੀਰੀ ਮੈਂ ਕਲ ਰਖਾ ਭਸਮ ਕਰੈ ਲਸ਼ਕਰ ਕੋਟ ਲਖਾ ਇਸ ਤਰ੍ਹਾਂ ਹੋਰ ਵੀ ਇਹਨਾਂ ਨੇ ਪੰਕਤੀਆਂ ਦਿੱਤੀਆਂ ਨੇ ਗੁਰੂ ਪਿਆਰ ਵਾਲਿਓ ਕੀੜੀ ਵੀ ਕੁਦਰਤ ਦੇ ਨਿਯਮ ਦੇ ਵਿੱਚ ਜਿਵੇਂ ਕਿ ਹਰ ਇੱਕ ਨਰ ਮਾਦਾ ਦੇ ਸੰਯੋਗ ਤੋਂ ਅੱਗੋਂ ਬੱਚਾ ਪੈਦਾ ਹੁੰਦਾ ਹੈ ਕੀੜੇ ਕੀੜੀ ਦੇ ਵੀ ਇਸੇ ਤਰ੍ਹਾਂ ਸੰਯੋਗ ਹੁੰਦਾ ਹੈ ਤੇ ਅੱਗੋਂ ਉਹਨਾਂ ਦੇ ਬੱਚੇ ਪੈਦਾ ਹੁੰਦੇ ਨੇ ਬਾਹਰੋਂ ਰੱਬ ਵੱਲੋਂ ਆਕਾਸ਼ ਚੋਂ ਉੱਪਰੋਂ ਸੱਚਖੰਡ ਚੋਂ ਉਤਰ ਕੇ ਕੁਝ ਨਹੀਂ ਆਉਂਦਾ ਇਸੇ ਤਰ੍ਹਾਂ ਸਾਡੇ ਹੀ ਅੰਦਰ ਛੋਟੇ ਤੋਂ ਛੋਟੇ ਜੀਵ ਦਾ ਆਪਣੇ ਅੰਦਰ ਇੱਕ ਸਿਸਟਮ ਚੱਲਦਾ ਉਹ ਸਿਸਟਮ ਜਦੋਂ ਕੁਦਰਤ ਦੇ ਨਿਯਮਾਂ ਦੇ ਮੁਤਾਬਕ ਫਿੱਟ ਆ ਜਾਂਦਾ ਤਾਂ ਉਦੋਂ ਬੱਚੇ ਪੈਦਾ ਹੁੰਦੇ ਨੇ ਉਹਨਾਂ ਦੇ ਸਰੀਰ ਵਿਕਸਿਤ ਹੁੰਦੇ ਨੇ ਉਹ ਆਪਣੀ ਯੋਗ ਉਮਰ ਜਿੰਨੀਕ ਬਣਦੀ ਹੈ ਉਮਰ ਭੋਗਦੇ ਨੇ ਜੇ ਕੋਈ ਦੁਰਘਟਨਾ ਨਹੀਂ ਵਾਪਰੀ ਤਾਂ ਆਪਣੀ ਉਮਰ ਪੂਰੀ ਕਰਨ ਤੋਂ ਪਹਿਲਾਂ ਉਹ ਬੱਚੇ ਪੈਦਾ ਕਰਦੇ ਨੇ ਅਤੇ ਅੰਤ ਨੂੰ ਉਮਰ ਪੂਰੀ ਹੋਣ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਸਰੀਰ ਵਿਖਰ ਜਾਂਦਾ ਜਿੱਥੋਂ ਪੈਦਾ ਹੋਇਆ ਸੀ ਭਾਵ ਕਿ ਮਾਟੀ ਮਾਟੀ ਹੋਈ ਏਕ ਰੋਪਣ ਹਾਰੇ ਕੀ ਕਵਨ ਟੇਕ ਜਿਵੇਂ ਮਿੱਟੀ ਤੋਂ ਮਿੱਟੀ ਅੱਗ ਤੋਂ ਅੱਗ ਪਾਣੀ ਤੋਂ ਪਾਣੀ ਹਵਾ ਤੋਂ ਹਵਾ ਜਿਵੇਂ ਇਹ ਤੱਤ ਇੱਕ ਨਿਯਮ ਦੇ ਵਿੱਚ ਆ ਕੇ ਇਹਨਾਂ ਨੇ ਸਰੀਰ ਧਾਰਨ ਕੀਤਾ ਸੀ ਇਸੇ ਤਰ੍ਹਾਂ ਇਹ ਸਰੀਰ ਜਦੋਂ ਬिखर ਗਿਆ ਵਾਪਸ ਆਪੋ ਆਪਣੀ ਥਾਵਾਂ ਤੇ ਤੱਤਾਂ ਦੇ ਵਿੱਚ ਚਲੇ ਜਾਂਦੇ ਨੇ ਇਸੇ ਤਰ੍ਹਾਂ ਮਨੁੱਖਾ ਸਰੀਰ ਹੈ ਤੇ ਇੱਥੇ ਇਹ ਕਹਿ ਰਹੇ ਨੇ ਗੁਰੂ ਸਾਹਿਬ ਨਿੱਕੀ ਕੀੜੀ ਦੇ ਵਿੱਚ ਵੀ ਉਸ ਨਿਯਮ ਨੂੰ ਸਮਝਣ ਦਾ ਯਤਨ ਕਰੋ ਕਲਾ ਮੈਨੇ ਇੱਕ ਨਿਯਮ ਕੁਦਰਤ ਦਾ اٹਲ ਕਾਨੂੰਨ ਭਸਮ ਕਰੈ ਲਸ਼ਕਰ ਕੋਟ ਲਖ ਹੈ ਇਸੇ ਤਰ੍ਹਾਂ ਉਸੇ ਨਿਯਮ ਦੇ ਵਿੱਚ ਬੇਅੰਤ ਵੱਡੇ ਵੱਡੇ ਲਸ਼ਕਰ ਫੌਜਾਂ ਬਹੁਤੀ ਗਿਣਤੀ ਉਹ ਵੀ ਤਬਾਹ ਹੋ ਜਾਂਦੇ ਨੇ ਉਹ ਵੀ ਮਰ ਜਾਂਦੇ ਨੇ ਖਤਮ ਹੋ ਜਾਂਦੇ ਨੇ ਮੁੜ ਕੇ ਮਿੱਟੀ 'ਚ ਮਿਲ ਜਾਂਦੇ ਨੇ ਇਹ ਉੱਪਰੋਂ ਚੱਲ ਕੇ ਜਿਵੇਂ ਕਿ ਪੁਜਾਰੀ ਤਬਕੇ ਨੇ ਸਾਡੇ ਸਾਹਮਣੇ ਰੱਖਿਆ ਰੋਜ਼ਾਨਾ ਅਸੀਂ ਉਹਨੂੰ ਸੱਚ ਮੰਨ ਲਿਆ ਕਿ ਰੱਬ ਕਿਰਪਾ ਕਰਦਾ ਹੈ ਰੱਬ ਉੱਪਰੋਂ ਕਿਤੋਂ ਭੇਜਦਾ ਹੈ ਫਿਰ ਜਿੰਨੀ ਉਮਰ ਰੱਬ ਨੇ ਲਿਖ ਦਿੱਤੀ ਫਿਰ ਉਹ ਭੋਗ ਕੇ ਬੰਦਾ ਸੰਸਾਰ ਤੋਂ ਚਲਾ ਜਾਂਦਾ ਹੈ ਤੇ ਗੁਰੂ ਪਿਆਰ ਵਾਲਿਓ ਜਿੰਨੇ ਦੁਨੀਆ ਦੇ ਧਰਮ ਮੁਖੀ ਅੱਜ ਤੱਕ ਹੋਏ ਨੇ ਉਹਨਾਂ ਦੇ ਰੱਬ ਬਾਰੇ ਸਾਰਿਆਂ ਦੇ ਵਿਚਾਰ ਆਪਸ ਵਿੱਚ ਨਹੀਂ ਮਿਲਦੇ ਇੱਕ ਦੂਜੇ ਦੀ ਵਿਰੋਧਤਾ ਕਰਦੇ ਨੇ ਤੇ ਸਾਰਿਆਂ ਦੇ ਧਰਮ ਦੇ ਇਨਸਾਨਾਂ ਵਾਸਤੇ ਜਿਹੜੇ ਨਿਯਮ ਬਣਾਏ ਨੇ ਧਰਮੀ ਮਹਾਂਪੁਰਖਾਂ ਨੇ ਉਹ ਵੀ ਸਾਰਿਆਂ ਦੇ ਇੱਕਸਾਰ ਨਹੀਂ ਹੈਗੇ ਅੱਡੋ ਅੱਡ ਤਰ੍ਹਾਂ ਦੇ ਨੇ ਉਹਨਾਂ ਦੀ ਬੋਲੀ ਵੀ ਇੱਕ ਨਹੀਂ ਹੈਗੀ ਅਡੋ ਅਡਰ ਤਰ੍ਹਾਂ ਦੀ ਹੈ ਉਹਨਾਂ ਦੀ ਸਭਿਤਾ ਵੀ ਅਲੱਗ ਅਲੱਗ ਹੈ ਉਹਨਾਂ ਦੀਆਂ ਧਰਮ ਪੋਥੀਆਂ ਵੀ ਅਲੱਗ ਅਲੱਗ ਨੇ ਉਹਨਾਂ ਦਾ ਸੱਚ ਖੰਡ ਵੀ ਅਲੱਗ ਅਲੱਗ ਹੈ ਉਹਨਾਂ ਦੇ ਦੇਵੀ ਦੇਵਤੇ ਵੀ ਅਲੱਗ ਅਲੱਗ ਨੇ ਗੱਲ ਕੀ ਉਹਨਾਂ ਦੀ ਹਰ ਚੀਜ਼ ਮਰਨਾ ਤੋਂ ਲੈ ਕੇ ਜੰਮਣ ਤੋਂ ਲੈ ਕੇ ਮਰਨ ਤੱਕ ਸਾਰਾ ਕੁਝ ਅਲੱਗ ਅਲੱਗ ਹੈ ਜਿਵੇਂ ਕਿਸੇ ਮਹਾਪੁਰਖ ਨੂੰ ਮਨ ਦੇ ਵਿੱਚ ਮਹਿਸੂਸ ਹੋਇਆ ਕਿ ਆਹ ਗੱਲ ਠੀਕ ਲੱਗਦੀ ਆ ਮੇਰੇ ਲੋਕਾਂ ਵਾਸਤੇ ਉਹਨੇ ਉਸ ਤਰ੍ਹਾਂ ਦੀ ਆਪਣੀ ਕਿਤਾਬ ਦੇ ਵਿੱਚ ਬਿਆਨ ਕਰਕੇ ਰੱਖ ਦਿੱਤੀ ਗੁਰਬਾਣੀ ਨੇ ਸਾਨੂੰ ਕੁਦਰਤ ਦੇ ਨਿਯਮ ਸਮਝਾਏ ਨੇ ਕੁਦਰਤ ਦੇ ਵਿੱਚ ਹੀ ਸਾਰਾ ਕੁਝ ਹੈ ਅਸੀਂ ਜਦੋਂ ਮਾਨਸਿਕ ਤੌਰ ਤੇ ਅਕਲਮੰਦ ਬਣ ਜਾਵਾਂਗੇ ਵਿਕਾਸ ਕਰ ਜਾਵਾਂਗੇ ਉਦੋਂ ਸਾਨੂੰ ਫਿਰ ਸਮਝ ਆ ਜਾਵੇਗੀ ਕਿ ਸਭ ਕੁਝ ਕੁਦਰਤ ਦੇ ਵਿੱਚ ਹੀ ਇੱਥੇ ਧਰਤੀ ਦੇ ਉੱਤੇ ਹੀ ਮੌਜੂਦ ਹੈ ਈ ਬੈ ਬੀਠਲ ਉਬੈ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ ਤਨੰਤਰ ਨਾਮਾ ਪਰਣਵਾ ਪੂਰ ਰਹੇ ਤੂੰ ਸਰਬਮਹੀਂ ਇਹ ਸਾਰੇ ਕਿਤੇ ਪ੍ਰਮਾਤਮਾ ਦਾ ਹੀ ਵਾਸਾ ਹੈ ਉਹ ਸਾਰੇ ਕਿਤੇ ਹੀ ਵਸ ਰਿਹਾ ਹੈ ਕਿਤੇ ਨਾਮਦੇਵ ਜੀ ਤਾਂ ਇਥੋਂ ਤੱਕ ਕਹਿੰਦੇ ਨੇ ਪਾਣੀ ਮੈਂ ਦੇਖ ਮੁਖ ਜੈਸਾ ਨਾਮੇ ਕੋ ਸੁਆਮੀ ਬੀਠਲ ਐਸਾ ਉਹ ਭਾਈ ਆਪਣਾ ਹੀ ਚਿਹਰਾ ਪਾਣੀ ਚ ਜਾਂ ਸ਼ੀਸ਼ੇ ਚ ਤੂੰ ਖੁਦ ਵੇਖ ਲੈ ਜਦੋਂ ਤੂੰ ਆਪਣਾ ਚਿਹਰਾ ਵੇਖੇਗਾ ਸਮਝ ਲੈ ਤੂੰ ਰੱਬ ਦਾ ਹੀ ਚਿਹਰਾ ਵੇਖ ਰਿਹਾ ਹੋਵੇਂਗਾ ਭਾਵ ਕਿ ਰੱਬ ਦਾ ਪੁੱਤਰ ਹੈ ਤੂੰ ਰੱਬ ਨੇ ਤੈਨੂੰ ਪੈਦਾ ਕੀਤਾ ਜਿਹੜਾ ਰੱਬ ਕੁਦਰਤ ਦੇ ਨਿਯਮਾਂ ਦੇ ਵਿੱਚ ਆਪ ਵੱਸਦਾ ਕਣ-ਕਣ ਦੇ ਵਿੱਚ ਆਪਾਂ ਰੋਜ਼ਾਨਾ ਮੰਦੇ ਆ ਉਸ ਰੱਬ ਦੀ ਕੁਦਰਤ ਤੋਂ ਤੂੰ ਬਾਹਰ ਨਹੀਂ ਹੈ ਤੂੰ ਵੀ ਉਸ ਹੀ ਕੁਦਰਤ ਦਾ ਇੱਕ ਹਿੱਸਾ ਹੈ ਤੇ ਤੂੰ ਆਪਣਾ ਹੀ ਚਿਹਰਾ ਮਨੋ ਸ਼ੀਸ਼ੇ 'ਚ ਵੇਖ ਲੈ ਤੇ ਤੂੰ ਹੀ ਰੱਬ ਦਾ ਰੂਪ ਹੈ ਗੁਰੂ ਪਿਆਰ ਵਾਲਿਓ ਇਹ ਸਾਰੇ ਕੁਝ ਵਿਗਿਆਨਕ ਢੰਗ ਨਾਲ ਸਾਡੇ ਅਣਪੜ ਕਥਾਵਾਚਕਾਂ ਨੇ ਸਟੇਜਾਂ ਤੇ ਨਹੀਂ ਦੱਸਿਆ ਪੁਰਾਣਿਕ Hindu ਮਿਥਿਆਸਿਕ ਕਹਾਣੀਆਂ ਸਟੇਜਾਂ ਤੇ ਬਹੁਤੀਆਂ ਸੁਣਾਈਆਂ ਗਈਆਂ ਨੇ ਜੀ ਦੀ ਬਦੌਲਤ ਸਿੱਖਾਂ ਦਾ ਮਾਨਸਿਕ ਵਿਕਾਸ ਨਹੀਂ ਹੋ ਸਕਿਆ ਵਿਗਿਆਨਕ ਢੰਗ ਨਾਲ ਸੋਚਣ ਤੋਂ ਅਸੀਂ ਅਸਮਰਥ ਹੋ ਗਏ 21ਵੀਂ ਸਦੀ ਦੇ ਵਿੱਚ ਜਾ ਕੇ ਵੀ ਅਸੀਂ ਪਿਛਲੀਆਂ 500 ਸਾਲ ਜਾਂ 1000 ਸਾਲ ਪੁਰਾਣੀਆਂ ਕਹਾਣੀਆਂ ਤੇ ਵਿਸ਼ਵਾਸ ਕਰਦੇ ਆਂ ਤੇ ਫਿਰ ਸਾਡਾ ਅੱਗੇ ਵਧਣਾ ਸੰਭਵ ਨਹੀਂ ਹੋ ਸਕਣਾ ਅਸੀਂ ਸਮਾਜ ਦੇ ਵਿੱਚ ਜਿਵੇਂ ਹੁਣ ਪਛੜੇ ਹੋਏ ਆਂ ਤਾਂ ਹੋਰ ਪਛੜਦੇ ਚਲੇ ਜਾਵਾਂਗੇ ਆਪਣੇ ਦਿਮਾਗ ਨੂੰ ਵਿਕਸਿਤ ਕਰੀਏ ਗੁਰਬਾਣੀ ਦੇ ਅਰਥ ਵਿਗਿਆਨਕ ਢੰਗ ਨਾਲ ਕਰੀਏ ਤਾਂ ਕਿ ਇਹ ਸਾਡੇ ਜ਼ਿੰਦਗੀ 'ਚ ਕੰਮ ਆ ਸਕਣ। ਸਵਾਲ ਨੰਬਰ 66 ਭਾਈ ਅਮਰੀਕ ਸਿੰਘ ਗੁਰਦਾਸਪੁਰ ਤੋਂ ਇਹਨਾਂ ਨੇ ਕਈ ਸਵਾਲ ਪੁੱਛੇ ਨੇ। ਅਗਲੇ ਹਿੱਸੇ 'ਚ ਆਪਾਂ ਇੱਕ-ਇੱਕ ਕਰਕੇ ਇਹਨਾਂ ਦਾ ਜਵਾਬ ਦੇਵਾਂਗੇ 66 ਨੰਬਰ ਸਵਾਲ ਦੇ ਵਿੱਚ ਇਹ ਪੁੱਛਦੇ ਨੇ ਸੁਖਮਨੀ ਸਾਹਿਬ ਵਿੱਚ ਬਰਮੁ ਗਿਆਨੀ ਬਾਰੇ ਬਹੁਤ ਕੁਝ ਆਇਆ ਹੈ ਤੇ ਸਿਮਰਨ ਬਾਰੇ ਵੀ ਬਹੁਤ ਲਿਖਿਆ ਹੈ ਇਹਦਾ ਮਤਲਬ ਸਮਝਾਓ ਪ੍ਰੇਮੀ ਜਨੋ ਇੱਕੋ ਸ਼ਬਦ ਨੂੰ ਕਈ ਅਰਥਾਂ ਵਿੱਚ ਵਰਤਿਆ ਜਾ ਸਕਦਾ ਹੈ ਤੇ ਇੱਕੋ ਸ਼ਬਦ ਦੇ ਕਈ-ਕਈ ਅਰਥ ਵੀ ਹੋ ਸਕਦੇ ਨੇ ਜਦੋਂ ਆਪਾਂ ਥੋੜਾ ਜਿਹਾ ਇਸ ਤਰ੍ਹਾਂ ਦੀ ਕਿਤਾਬਾਂ ਪੜਾਂਗੇ ਵਿਦਵਾਨਾਂ ਦੀਆਂ ਤਾਂ ਸਾਨੂੰ ਇਹ ਸਮਝ ਆ ਜਾਵੇਗਾ ਗੁਰਬਾਣੀ ਚ ਕਿਸੇ ਵਿਅਕਤੀ ਵਿਸ਼ੇਸ਼ ਨੂੰ ਬਰਮ ਗਿਆਨੀ ਨਹੀਂ ਆਖਿਆ ਗਿਆ ਉਥੇ ਗੁਰੂ ਸਾਹਿਬ ਨੇ ਇਤੋਂ ਤੱਕ ਆਖਿਆ ਕਿ ਨਾਨਕ ਬਰਮ ਗਿਆਨੀ ਆਪ ਪਰਮੇਸ਼ਰ ਬਾਕੀ ਸਾਰੀਆਂ ਪੰਕਤੀਆਂ ਦੇ ਅਸ਼ਟਪਦੀਆਂ ਦੇ ਵਿੱਚ ਬਰਮ ਗਿਆਨੀ ਦੀ ਵਡਿਆਈ ਬਰਮ ਗਿਆਨੀ ਸਦਜੀਵ ਹੈ ਨਹੀਂ ਮਰਦਾ ਤੇ ਇਥੇ ਕਿਹੜਾ ਬਰਮ ਗਿਆਨੀ ਹੈ ਜਿਹੜਾ ਸਦਾ ਜਿਉਂਦਾ ਹੈ ਜਿਹੜਾ ਕਦੇ ਵੀ ਨਹੀਂ ਮਰਦਾ ਜਿਹੜੇ ਸਾਧ ਆਪਣੇ ਆਪ ਨੂੰ ਬਰਮ ਗਿਆਨੀ ਅਖਵਾਉਂਦੇ ਨੇ ਡੌਂਡੀਆਂ ਪਿੱਟਦੇ ਨੇ ਆਪਣੇ ਨਾਵਾਂ ਨਾਲ ਕਿਤਾਬਾਂ ਦੇ ਵਿੱਚ ਇਸ਼ਤਿਹਾਰਾਂ ਦੇ ਵਿੱਚ ਸਟੇਜਾਂ ਦੇ ਉੱਤੇ ਹੰਕਾਰ ਬਿਰਤੀ ਦੇ ਨਾਲ ਆਪਣੇ ਲੰਮੇ ਨਾਮ ਉੱਥੇ ਲਖਵਾਉਂਦੇ ਨੇ ਬੋਲਦੇ ਨੇ ਸ੍ਰੀਮਾਨ ਵਿਦਿਆਮਾਰ ਟੰਡ ਬਰਮ ਗਿਆਨੀ 108 ਇਹ ਕਿੰਨਾ ਕੁਝ ਉਹਨਾਂ ਦੇ ਨਾਵਾਂ ਨਾਲ ਜੁੜਿਆ ਹੁੰਦਾ ਤੇ ਇੰਨਾ ਕੁਝ ਲਿਖਣ ਵਾਲਿਆਂ ਬਾਰੇ ਗੁਰਬਾਣੀ ਤਾਂ ਕਹਿੰਦੀ ਹੈ ਕਿ ਬਰਮ ਗਿਆਨੀ ਸਦੀਵੀ ਹੈ ਨਹੀਂ ਮਰਦਾ ਤੇ ਇਹ ਬਰਮ ਗਿਆਨੀ ਤਾਂ ਸਾਰੇ ਮਰ ਚੁੱਕੇ ਹੋਏ ਨੇ ਤੇ ਜਿਹੜੇ ਹੋਰ ਨੇ ਉਹ ਮਰਦੇ ਜਾ ਰਹੇ ਨੇ ਕਿਉਂਕਿ ਹਰ ਇੱਕ ਦੀ ਉਮਰ ਦਾ ਕੁਝ ਸੀਮਾ ਹੈ ਉਹਨੇ ਉਹ ਉਨੀ ਉਮਰ ਪੋ ਕੇ ਮਰਨਾ ਹੀ ਮਰਨਾ ਹੈ ਤਾਂ ਗੁਰਬਾਣੀ ਨੇ ਇਨਸਾਨ ਨੂੰ ਇਹੋ ਜਿਹਾ ਬਰਮ ਗਿਆਨੀ ਨਹੀਂ ਆਖਿਆ ਬਲਕਿ ਪ੍ਰਮਾਤਮਾ ਵਾਸਤੇ ਬਰਮ ਗਿਆਨੀ ਆਇਆ ਪਰ ਦੁਖਦਾਈ ਪਹਿਲੂ ਇਹ ਹੈ ਇਹਨਾਂ ਕਮੀਨੇ ਸਾਧਾ ਨੇ ਆਪਣੇ ਆਪ ਨੂੰ ਗੁਰਬਾਣੀ ਦੀਆਂ ਪੰਕਤੀਆਂ ਦੇ ਗਲਤ ਅਰਥ ਕਰਕੇ ਲੋਕਾਂ ਦੇ ਅੱਗੇ ਆਪਣੇ ਆਪ ਨੂੰ ਬਰਮ ਗਿਆਨੀ ਬਣਾ ਕੇ ਪੇਸ਼ ਕਰ ਦਿੰਦਾ ਹੈ ਤੇ ਅੱਜ ਵੀ ਕਿੰਨੇ ਲੋਕ ਨੇ ਜਿਹੜੇ ਸਾਧਾਂ ਦੇ ਪੈਰਾਂ ਦੇ ਉੱਤੇ ਮੱਥੇ ਕਸਾਉਂਦੇ ਨੇ ਜਿਹੜੀ ਇਹ ਸਤਕਾਰਯੋਗ ਦਸਤਾਰਾਂ ਨੇ ਇਹ ਸਾਧਾਂ ਦੇ ਪੈਰਾਂ ਦੇ ਨਾਲ ਛੂੰਦੀਆਂ ਨੇ ਇਹ ਜਿਹੜੀ ਦਾੜੀ ਦਾ ਤੇ ਮੁੱਛਾਂ ਦਾ ਲੋਕੀ ਸਤਕਾਰ ਕਰਦੇ ਨੇ ਕਿ ਸਾਨੂੰ ਗੁਰੂ ਨੇ ਦਾੜੀ ਕੇਸ ਬਖਸ਼ੇ ਨੇ ਇਹ ਵੀ ਸਾਧਾਂ ਦੇ ਪੈਰਾਂ ਨਾਲ ਰਗੜੇ ਜਾਂਦੇ ਨੇ ਛੋਹੇ ਜਾਂਦੇ ਨੇ ਇਹਨਾਂ ਲੋਕਾਂ ਨੂੰ ਰਾਈ ਮਾਤਰ ਸੰਗ ਸ਼ਰਮ ਜਾਂ ਅਕਲ ਨਹੀਂ ਹੈ ਕਿ ਇਹ ਸਾਧਵੀ ਸਾਡੇ ਵਰਗਾ ਇਨਸਾਨ ਹੈ ਇਹਨੂੰ ਅਸੀਂ ਸਸਰੀਕਾਲ ਕਹੀਏ ਜਾਂ ਫਤੇ ਬਲਾਈਏ ਜਾਂ ਦੂਰੋਂ ਹੱਥ ਜੋੜ ਕੇ ਕੋਈ ਤਰੀਕਾ ਜਿਹੜਾ ਵੀ ਚੱਲਦਾ ਹੈ ਉਹ ਅਪਣਾ ਲਈਏ ਕਿ ਪੈਰਾਂ ਤੇ ਸਿਰ ਨਾ ਰੱਖੀਏ ਇਹਨੇ ਝੁੱਕ ਕੇ ਲੰਮੇ ਪੈ ਕੇ ਮੱਥੇ ਨਾ ਟੇਕੀਏ ਇਹ ਮੂਰਖਤਾ ਦਾ ਇੱਕ ਪ੍ਰਗਟਾ ਹੈ ਲੋਕਾਂ ਦਾ ਕਿਉਂਕਿ ਇਹਨਾਂ ਨੂੰ ਸਾਡੀਆਂ ਸਰਕਾਰਾਂ ਨੇ ਸਾਡੇ ਵਿਦਵਾਨਾਂ ਨੇ ਅਤੇ ਸਾਡੇ ਪ੍ਰਚਾਰਕਾਂ ਨੇ ਕੋਈ ਚੰਗੀ ਜ਼ਿਕਰਯੋਗ ਗਿਆਨ ਅਕਲ ਨਹੀਂ ਦਿੱਤੀ ਤੋ ਚਾਹੇ ਬਰਮ ਗਿਆਨੀ ਐ ਤੇ ਚਾਹੇ ਕੁਝ ਹੋਰ ਐ ਸਾਡੇ ਵਾਸਤੇ ਸਾਡੇ ਗੁਰੂ ਹੀ ਬਰਮ ਗਿਆਨੀ ਨੇ ਤੇ ਉਦੋਂ ਉੱਤੇ ਪਰਮਾਤਮਾ ਹੀ ਸਾਡਾ ਬਰਮ ਗਿਆਨੀ ਹੈ ਇਹਨਾਂ ਇਨਸਾਨਾਂ ਦਾ ਬਰਮ ਗਿਆਨਤਾ ਦੇ ਨਾਲ ਕੋਈ ਸਰੋਕਾਰ ਨਹੀਂ ਇਹ ਵੀ ਸਾਡੇ ਵਰਗੇ ਇਨਸਾਨ ਨੇ ਰਹੀ ਸਿਮਰਨ ਦੀ ਗੱਲ ਸਿਮਰਨ ਦਾ ਮਤਲਬ ਹੈ ਸਿਮਰਤੀ ਵਿੱਚ ਉਤਾਰ ਲੈਣਾ ਸਦਾ ਯਾਦ ਰੱਖਣਾ ਜਿਹੜਾ ਹੁਕਮ ਸਾਡੇ ਗੁਰੂ ਨੇ ਗੁਰਬਾਣੀ ਵਿੱਚ ਕਰ ਦਿੱਤਾ ਉਹਨੂੰ ਹਿਰਦੇ 'ਚ ਵਸਾ ਲੈਣਾ ਤੇ ਉਹਦੇ ਸਾਸ ਸਾਸ ਸਿਮਰੋ ਗੋਬਿੰਦ ਇਹਦਾ ਮਤਲਬ ਹੈ ਜਿਹੜਾ ਵੀ ਕੰਮ ਕਰਦੇ ਆ ਉਹ ਪਰਮਾਤਮਾ ਦੇ ਨਿਯਮ ਨੂੰ ਯਾਦ ਰੱਖ ਕੇ ਕੰਮ ਕਰਨਾ ਹੈ ਝੂਠ ਫਰੇਬ ਠੱਗੀ ਧੋਖਾ ਬੁਰੇ ਕੰਮਾਂ ਤੋਂ ਹਮੇਸ਼ਾ ਬਚਣਾ ਤੇ ਜੇ ਤਾਂ ਅਸੀਂ ਬੁਰਾ ਕੰਮ ਕੋਈ ਨਹੀਂ ਕਰਦੇ ਕੌੜਾ ਨਹੀਂ ਬੋਲਦੇ ਰਿਸ਼ਪ ਠੱਗੀ ਠੋਰੀ ਨਹੀਂ ਕਰਦੇ ਤੇ ਫਿਰ ਤਾਂ ਮੰਨ ਸਕਦੇ ਆ ਕਿ ਇਹ ਬੰਦਾ ਸਿਮਰਨ ਕਰਦਾ ਹੈ ਤੇ ਨਾਮ ਜਪਦਾ ਹੈ ਦੇ ਜੇ ਨਾਮ ਤਾਂ ਜਪੀ ਜਾਣਾ ਪਾਠ ਤਾਂ ਕਰੀ ਜਾਣਾ ਪਰ ਘਟ ਵੀ ਤੋਲੀ ਜਾਣਾ ਜਿਵੇਂ ਕਿ ਇੱਕ ਮੁਹਾਵਰਾ ਜਾਂ ਬਣਿਆ ਹੋਇਆ ਹੈ ਕਿ ਨਾਮ ਸਿਮਰਨ ਵੀ ਕਰੇਨੇ ਆ ਨਾਮ ਵੀ ਜਪੈਨੇ ਆ ਬਾਣੀ ਵੀ ਪੜ੍ਹਨੇ ਆ ਤੇ ਬਾਬਾ ਨਾਨਕ ਆ ਤੇਰਾ ਨਾਮ ਤੇ ਜਪੈਨੇ ਆ ਭਾਵੇਂ ਘਟ ਵੀ ਤੋਲਨੇ ਆ ਪਰ ਤੇਰਾ ਨਾਮ ਤੇ ਜਪੈਨੇ ਆ ਉਹ ਕੰਮ ਨਾ ਕਰੋ ਕਿ ਨਾਮ ਵੀ ਜਪੀ ਜਾਣਾ ਤੇ ਠੱਗੀਆਂ ਵੀ ਮਾਰੀ ਜਾਣੀਆਂ ਸਿਮਰਨ ਦਾ ਮਤਲਬ ਹੈ ਹਿਰਦੇ ਚ ਗੁਰੂ ਦੇ ਭੈ ਨੂੰ ਉਪਦੇਸ਼ ਨੂੰ ਬਿਠਾ ਲੈਣਾ ਅਤੇ ਫਿਰ ਕਦੇ ਬੁਰਾ ਕੰਮ ਨਾ ਕਰਨਾ ਉਹਨਾਂ ਨੂੰ ਹਾਜ਼ਰ ਨਾਜ਼ਰ ਜਾਣਨਾ ਕਿ ਮੈਨੂੰ ਮੇਰਾ ਗੁਰੂ ਵੇਖਦਾ ਹੈ ਜੇ ਮੈਂ ਮਾੜਾ ਕੰਮ ਕਰਾਂਗਾ ਮੇਰਾ ਗੁਰੂ ਮੇਰੇ ਤੇ ਨਾਰਾਜ਼ ਹੋਵੇਗਾ ਇਹ ਭਾਵਨਾ ਜੇ ਮਨ 'ਚ ਸਾਡੇ ਸਾਰਿਆਂ ਦੇ ਆਵੇਗੀ ਤਾਂ ਸਿਮਰਨ ਕੀਤਾ ਤੁਹਾਡਾ ਲਾਹੇਵੰਦਾ ਹੈ ਨਹੀਂ ਤਾਂ ਕੇਵਲ ਨਾਟਕਬਾਜ਼ੀ ਬਹੁਤ ਹੋ ਰਹੀ ਹੈ بڑے ਅਖੰਡ ਪਾਠ ਹੋ ਰਹੇ ਨੇ بڑے ਕੀਰਤਨ ਹੋ ਰਹੇ ਨੇ بڑے ਜਾਪ ਹੋ ਰਹੇ ਨੇ ਤੇ ਬੜੇ ਤਰ੍ਹਾਂ ਦੇ ਅਡੰਬਰ ਰਚੇ ਜਾ ਰਹੇ ਨੇ ਪਰ ਸਿੱਖ ਗਰਕਦੇ ਜਾ ਰਹੇ ਨੇ ਅਗਿਆਨਤਾ ਚ ਡੁੱਬਦੇ ਜਾ ਰਹੇ ਨੇ ਲੁੱਟੇ ਜਾ ਰਹੇ ਨੇ ਕੁਰਾਹੇ ਪਏ ਗਏ ਨੇ ਸਾਧਾਂ ਦੇ ਪੈਰਾਂ ਚ ਲੰਮੇ ਪਏ ਗਏ ਨੇ ਉਹ ਸਾਰੇ ਕੰਮ ਜਿਹੜੇ ਗੁਰਬਾਣੀ ਤੋਂ ਉਲਟ ਨੇ ਉਹ ਸਿੱਖ ਕਰਦੇ ਵੇਖੇ ਜਾ ਰਹੇ ਨੇ ਤਾਂ ਹੋਇਆ ਸਾਰਾ ਕੁਝ ਕਿਉਂਕਿ ਸਿੱਖਾਂ ਨੇ ਗੁਰਬਾਣੀ ਤੋਂ ਗਿਆਨ ਹਾਸਲ ਨਹੀਂ ਕੀਤਾ ਬਾਹਰਲਾ ਜਿਹੜਾ ਜਰਨਲ ਨਲਜ ਹੈ ਉਹ ਵੀ ਘੱਟ ਤੋਂ ਘੱਟ ਕਿਤਾਬਾਂ ਵਗੈਰਾ ਸਿੱਖ ਪੜ੍ਹਦੇ ਨੇ ਤਾਂ ਹੀ ਇਹਨੇ ਪਛੜ ਗਏ ਨੇ ਸਵਾਲ ਨੰਬਰ 67 ਭਾਈ ਅਮਰੀਕ ਸਿੰਘ ਜੀ ਗੁਰਦਾਸਪੁਰ ਪੁੱਛਦੇ ਨੇ ਕਿ ਬਾਬਾ ਰਾਮ ਰਾਏ ਨੇ ਗੁਰਬਾਣੀ ਦੀ ਪੰਕਤੀ ਬਦਲ ਦਿੱਤੀ ਸੀ ਕਿ ਇਸੇ ਕਰਕੇ ਸੱਤਵੇਂ ਗੁਰੂ ਹਰ Rai ਸਾਹਿਬ ਨੇ ਉਹਨਾਂ ਨੂੰ ਮੱਥੇ ਲੱਗਣ ਤੋਂ ਰੋਕ ਦਿੱਤਾ ਸੀ ਗੁਰੂ ਪਿਆਰ ਵਾਲਿਓ ਇਤਿਹਾਸ ਦੇ ਵਿੱਚ ਬਹੁਤ ਕੁਝ ਗਲਤ ਮਲਤ ਆ ਚੁੱਕਿਆ ਹੋਇਆ ਹੈ ਬਾਬਾ ਰਾਮ ਰਾਏ ਨੇ ਕੋਈ ਵੀ ਗੁਰਬਾਣੀ ਦੀ ਪੰਗਤੀ ਨਹੀਂ ਬਦਲੀ ਤੇ ਜਦੋਂ ਔਰੰਗਜ਼ੇ ਵੱਲੋਂ ਭੇਜੇ ਹੋਏ ਬੰਦੇ ਕੀਰਤਪੁਰ ਆਏ ਸੀ ਤੇ ਉਹਨਾਂ ਨੇ ਗੁਰੂ ਹਰ Rai ਸਾਹਿਬ ਨੂੰ ਕਿਹਾ ਸੀ ਕਿ ਔਰੰਗਜ਼ੇ ਨੂੰ ਤੁਸੀਂ ਜਾ ਕੇ ਮਿਲੋ ਜ਼ਰੂਰੀ ਗੱਲਬਾਤ ਵਾਸਤੇ ਤੁਹਾਨੂੰ ਉਹਨਾਂ ਨੇ ਬੁਲਾਇਆ ਹੈ ਤੇ ਗੁਰੂ ਹਰ Rai ਸਾਹਿਬ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੂੰ ਪਤਾ ਸੀ ਕਿ ਕੋਈ ਵੀ ਘਟਨਾ ਵਾਪਰ ਸਕਦੀ ਹੈ ਹਕੂਮਤ ਦੇ ਉੱਤੇ ਅਤਵਾਰ ਕਰਨਾ ਵਾਜਿਬ ਨਹੀਂ ਹੈ ਤੇ ਉਹਨਾਂ ਨੇ ਆਪਣੇ ਬੇਟੇ ਬਾਬਾ ਰਾਮ ਰਾਏ ਨੂੰ ਨਾਲ ਭੇਜ ਦਿੱਤਾ ਤੇ ਰਾਮ ਰਾਏ ਨੂੰ ਉਥੇ ਦਿੱਲੀ ਲਿਜਾ ਕੇ ਔਰੰਗਜ਼ੇਬ ਦੇ ਬੰਦਿਆਂ ਵੱਲੋਂ ਬਹੁਤ ਸਾਰੇ ਡਰਾਵੇ ਦਿੱਤੇ ਗਏ ਬਹੁਤ ਸਾਰੇ ਲਾਲਚ ਦਿੱਤੇ ਗਏ ਉਹ ਆਪਣੇ ਅਸੂਲ ਤੇ अडोल ਰਹੇ ਕੋਈ ਵੀ ਗੁਰਬਾਣੀ ਦੀ ਪੰਗਤੀ ਉਹਨਾਂ ਨੇ ਨਹੀਂ ਬਦਲੀ ਤੇ ਉਹਨਾਂ ਨੂੰ ਇਹ ਤਾਂ ਪਰਮਾਇਆ ਗਿਆ ਕਿ ਗੁਰਬਾਣੀ ਚ ਮੁਸਲਮਾਨਾਂ ਦੇ ਵਿਰੁੱਧ ਬਹੁਤ ਕੁਝ ਲਿਖਿਆ ਹੋਇਆ ਤੇ ਉਹਨਾਂ ਨੇ ਇਹੀ ਜਵਾਬ ਦਿੱਤੇ ਕਿ ਜੇ ਗੁਰਬਾਣੀ ਚ ਮੁਸਲਮਾਨਾ ਬਾਰੇ ਜਾਂ ਬ੍ਰਾਹਮਣਾ ਬਾਰੇ ਲਿਖਿਆ ਹੋਇਆ ਤਾਂ ਉਹਦੇ ਵਿੱਚ ਮੈਨੂੰ ਇਹ ਦੱਸੋ ਕਿ ਝੂਠ ਕੀ ਲਿਖਿਆ ਹੋਇਆ ਹੈ ਜੋ ਕੋਈ ਤੁਸੀਂ ਕਰ ਰਹੇ ਹੋ ਉਹੀ ਗੱਲ ਤੁਹਾਡੇ ਸਾਹਮਣੇ ਰੱਖੀ ਹੈ ਕਿ ਇਹਨਾਂ ਦਾ ਸੁਧਾਰ ਕਰੋ ਤੁਸੀਂ ਆਪਣੇ ਲੋਕਾਂ ਤੇ ਜ਼ੁਲਮ ਨਾ ਕਰੋ ਜਿਵੇਂ ਕਿ ਕਾਦੀ ਕੂੜ ਬੋਲ ਮਲ ਖਾਏ ਆਦਿਕ ਪੰਕਤੀਆਂ ਬਹੁਤ ਵਾਰੀ ਅਜਿਹੀਆਂ ਪੰਕਤੀਆਂ ਗੁਰਬਾਣੀ ਚ ਆਉਂਦੀਆਂ ਨੇ ਤਾਂ ਉਹਨਾਂ ਨੇ ਫਿਰ ਇਹ ਕਿਹਾ ਕਿ ਰਾਮ ਰਾਏ ਜੀ ਤੁਹਾਨੂੰ ਅਸੀਂ ਗੁਰੂ ਬਣਾ ਦਿੰਨੇ ਆ ਸਰਕਾਰ ਦੀ ਤਾਕਤ ਬਹੁਤ ਹੈ ਤੁਹਾਡੇ ਪਿਤਾ ਜੀ ਗੁਰੂ ਨਹੀਂ ਹੋਣਗੇ ਸਰਕਾਰ ਦੀ ਸਹਾਇਤਾ ਨਾਲ ਗੁਰੂ ਤੁਸੀਂ ਬਣ ਜਾਓਗੇ ਤੇ ਉਹ ਵੀ ਬਾਬਾ ਰਾਮ ਰਾਏ ਨੇ ਜਵਾਬ ਦੇ ਦਿੱਤਾ ਤੇ ਪਰ ਇਹਨਾਂ ਸਾਰੀਆਂ ਗੱਲਾਂ ਦੇ ਕਾਰਨ ਔਰੰਗੇਬ ਦੇ ਬੰਦੇ ਔਰੰਗੇਬ ਦੀ ਸਲਾਹ ਦੇ ਨਾਲ ਬਾਬਾ ਆਰਾਮ ਰਾਏ ਨੂੰ ਡੇਰਾ ਦੂਨ ਲੈ ਗਏ ਡੇਰਾ ਦੂਨ ਉਹਨਾਂ ਨੂੰ ਇੱਕ ਤਰ੍ਹਾਂ ਦਾ ਨਜ਼ਰਬੰਦ ਕਰ ਲਿਆ ਆਪਣੀ ਨਿਗਰਾਨੀ ਚ ਰੱਖ ਲਿਆ ਉਹਨੂੰ ਜਾਨੋਂ ਤਾਂ ਨਹੀਂ ਮਾਰਿਆ ਪਰ ਆਪਣੀ ਮਰਜ਼ੀ ਦੇ ਨਾਲ ਉਹਨੂੰ ਕੰਮ ਕਰਨ ਵਾਸਤੇ ਮਜਬੂਰ ਕੀਤਾ ਗਿਆ ਕਿ ਜਿਵੇਂ ਸਰਕਾਰ ਚਾਹੁੰਦੀ ਹੈ ਉਸ ਤਰ੍ਹਾਂ ਤੁਹਾਨੂੰ ਕਰਨਾ ਪਵੇਗਾ ਤੇ ਲੋਕਾਂ ਦੇ ਵਿੱਚ ਇਹੋ ਹੀ ਪ੍ਰਚਾਰਿਆ ਗਿਆ ਜਿੰਨੇ ਇੱਕ ਪ੍ਰਚਾਰ ਦੇ ਸਾਧਨ ਸਨ ਕਿ ਇਹ ਸਿੱਖਾਂ ਦਾ ਅਗਲਾ 8ਵਾਂ ਗੁਰੂ ਹੈ ਤਾਂ ਇਸ ਤਰ੍ਹਾਂ ਲੰਮੇ ਸਮੇਂ ਤੱਕ ਇੱਕ ਤਰ੍ਹਾਂ ਦੀ ਨਜ਼ਰਬੰਦੀ ਦੇ ਵਿੱਚ ਹੀ ਬਾਬਾ ਰਾਮ ਰਾਏ ਰਹੇ ਤੇ ਉਹਨਾਂ ਨੇ ਗੁਰਬਾਣੀ ਦੀ ਕੋਈ ਵੀ ਪੰਗਤੀ ਨਹੀਂ ਬਦਲੀ ਇਹ ਸੂਰਜ ਪ੍ਰਕਾਸ਼ ਸੰਤੋਖ ਸਿੰਘ ਆਦਿਕ ਜਾਂ ਗਿਆਨੀ ਗਿਆਨ ਸਿੰਘ ਆਦਿਕ ਦੀਆਂ ਕਿਤਾਬਾਂ ਦੇ ਵਿੱਚ ਇਹੋ ਜਿਹਾ ਕੂੜ ਕੁਫਰ ਆਇਆ ਹੋਇਆ ਤੇ ਉਸ ਕੂੜ ਕੁਫਰ ਨੂੰ ਬਿਨਾਂ ਵਿਚਾਰੇ ਤੋਂ ਸੰਗਤਾਂ ਦੇ ਸਾਹਮਣੇ ਪ੍ਰਚਾਰਕ ਰੱਖਦੇ ਗਏ ਨੇ ਹੌਲੀ-ਹੌਲੀ ਸਾਨੂੰ ਇਹ ਗੱਲਾਂ ਸੱਚੀਆਂ ਲੱਗਣ ਲੱਗ ਪਈਆਂ ਨੇ ਤੇ ਅੰਤ ਨੂੰ ਇਹ ਗੱਲ ਸਾਹਮਣੇ ਆਗੀ ਸਾਡੇ ਕਿ ਉਹ ਤਾਂ ਗੁਰੂ ਤੋਂ ਬੇਮੁਖ ਹੋ ਗਿਆ ਸੀ ਤੇ ਗੁਰੂ ਨੇ ਉਹਨੂੰ ਆਪਣੇ ਮੱਥੇ ਲੱਗਣ ਤੋਂ ਰੋਕ ਦਿੱਤਾ ਸੀ ਜਦੋਂ ਕਿ ਅਗਲੀ ਜਿਹੜੀ ਘਟਨਾ ਹੈ ਅਗਲਾ ਸਵਾਲ ਹੈ ਉਹਦੇ ਵਿੱਚ ਸਾਰੀ ਗੱਲ ਸਪਸ਼ਟ ਹੋਣ ਲੱਗੀ ਹੈ ਉਹ ਮੈਂ ਤੁਹਾਨੂੰ ਅਗਲੇ ਹਿੱਸੇ 'ਚ ਦੱਸਣ ਲੱਗਿਆ। ਸਵਾਲ ਨੰਬਰ 68 ਦੇ ਵਿੱਚ ਪੁੱਛਿਆ ਗਿਆ ਕੀ ਸੱਤਵੇਂ ਗੁਰੂ ਨੇ ਬਾਬਾ RAM ਰਾਏ ਨੂੰ ਮੱਥੇ ਨਾ ਲੱਗਣ ਦਾ ਹੁਕਮ ਦਿੱਤਾ ਸੀ ਉਹਨਾਂ ਜ਼ਮਾਨੇ 'ਚ ਪਿਆਰਿਓ ਅੱਜ ਵਾਂਗ ਆਵਾਜਾਈ ਦੇ ਸਾਧਨ ਨਹੀਂ ਸੀ ਚਿੱਠੀਆਂ ਪੱਤਰ ਅੱਜ ਵਾਂਗੂ ਲਿਖਣ ਦਾ ਕੋਈ ਹਾਲੇ ਪਰੰਪਰਾ ਨਹੀਂ ਸੀ ਸਰਕਾਰਾਂ ਵੱਲੋਂ ਹੀ ਥੋੜਾ ਬਹੁਤ ਲਿਖਤੀ ਸੰਦੇਸ਼ ਇੱਧਰ ਉੱਧਰ ਭੇਜਿਆ ਜਾਂਦਾ ਸੀ ਨਹੀਂ ਤਾਂ ਆਮ ਲੋਕਾਂ ਕੋਲੇ ਕਾਗਜ਼ ਕਲਮ ਦਵਾਤ ਆਦਿਕ ਕੁਝ ਵੀ ਨਹੀਂ ਹੁੰਦਾ ਸੀ ਜ਼ੁਬਾਨੀ ਤੌਰ ਤੇ ਇੱਕ ਦੂਜੇ ਨੂੰ ਸੁਨੇਹਾ ਭੇਜ ਦਿੱਤਾ ਜਾਂਦਾ ਸੀ ਤਾਂ ਹੀ ਬਹੁਤ ਸਾਰੇ ਆ ਇਹੋ ਜੀਆਂ ਗੱਲਾਂ ਨੇ ਕਿ ਆਪਣੀ ਯਾਦ ਵਾਸਤੇ ਕਈ ਲੋਕਾਂ ਨੂੰ ਜਦੋਂ ਸਨੇਹਾ ਦਿੱਤਾ ਜਾਂਦਾ ਸੀ ਤਾਂ ਉਹ ਕਹਿੰਦੇ ਸੀ ਮੈਂ ਤਾਂ ਪੱਲੇ ਗੰਢ ਬਨ ਲਈ ਭਾਵ ਕਿ ਆ ਗੰਢ ਵੇਖ ਕੇ ਜਿਹੜੀ ਮੈਂ ਆਪਣੇ ਪਰਨੇ ਨਾਲ ਜਾਂ ਪੱਗ ਦੇ ਪੱਲੇ ਨਾਲ ਗੱਠ ਦੇ ਲਈ ਹੈ ਕਿਸੇ ਕਾਰਨ ਕਰਕੇ ਤਾਂ ਜਦੋਂ ਇਹ ਗੱਠ ਨੂੰ ਮੇਰਾ ਹੱਥ ਲੱਗੇਗਾ ਤਾਂ ਮੈਨੂੰ ਯਾਦ ਆਵੇਗਾ ਕਿ ਮੈਂ ਕਿਸੇ ਦੀ ਗੱਲ ਦੂਜੇ ਤੱਕ ਪਹੁੰਚਾਉਣੀ ਹੈ ਮੈਂ ਸਨੇਹਾ ਦੇਣਾ ਹੈ ਇਹੋ ਹੀ ਚਿੱਠੀ ਦਾ ਇੱਕ ਰੂਪ ਸੀ ਸ਼ੁਰੂ ਦੇ ਵਿੱਚ ਅਮੀਰ ਲੋਕਾਂ ਕੋਲ ਰਾਜੇ ਮਹਾਰਾਜਿਆਂ ਕੋਲ ਤੇ ਕਾਗਜ਼ ਵਗੈਰਾ ਦੇ ਪ੍ਰਬੰਧ ਸਨ ਕਲਮ ਦਵਾਤਾਂ ਹੈਗੀਆਂ ਸੀ ਪਰ ਆਮ ਲੋਕ ਤਾਂ ਨਾ ਪੜੇ ਹੋਏ ਸੀ ਤੇ ਨਾ ਉਹਨਾਂ ਕੋਲੇ ਕਾਗਜ਼ ਸ਼ਾਹੀ ਦਾ ਕੋਈ ਪ੍ਰਬੰਧ ਸੀ ਤਾਂ ਸੱਤਵੇਂ ਗੁਰਾਂ ਨੇ ਅਜਿਹੀ ਕੋਈ ਚਿੱਠੀ ਨਹੀਂ ਲਿਖੀ ਇਹ ਮਗਰੋਂ ਅਜਈਆਂ ਨਕਲੀ ਕਿੱਠੀਆਂ ਗਿਆਨੀ ਗਿਆਨ ਸਿੰਘ ਜਾਂ ਕਵੀ ਸੰਤੋਖ ਸਿੰਘ ਆਦਿਕ ਨੇ ਸੂਰਜ ਪ੍ਰਕਾਸ਼ ਦੇ ਵਿੱਚ ਐਵੇਂ ਬਣਾ ਕੇ ਗੱਲਾਂ ਕਹਾਣੀਆਂ ਲਿਖ ਦਿੱਤੀਆਂ ਨੇ ਫਿਰ ਰਾਮ ਰਾਏ ਵੱਲੋਂ ਤਾਂ 72 ਕਰਾਮਾਤਾਂ ਦੀ ਕਹਾਣੀ ਵੀ ਜੋੜ ਦਿੱਤੀ ਐ ਭਾਵੇਂ ਕਿ ਰਾਮ ਰਾਏ ਨੇ ਮਰਿਆ ਬੱਕਰਾ ਉਹ ਪਹਿਲਾਂ ਤਾਂ ਬੱਕਰਾ ਖਾ ਲਿਆ ਫਿਰ ਉਹਦੀਆਂ ਹੱਡੀਆਂ ਇਕੱਠੀਆਂ ਕਰ ਲੀਆਂ ਫਿਰ ਉਹ ਜਿਉਂਦਾ ਕਰਤਾ ਆਕਾਸ਼ ਦੇ ਵਿੱਚੋਂ ਕਿਸੇ ਚੀਜ਼ਾਂ ਦਾ ਮੀਂਹ ਭਰਾਤਾ ਇੰਨੀਆਂ ਕਰਾਮਾਤਾਂ ਬਾਬਾ ਰਾਮ ਰਾਏ ਤੋਂ ਕਰਵਾ ਦਿੱਤੀਆਂ ਨੇ ਜਿਹੜਾ ਸੁਣ ਕੇ ਸਿਰ ਚੱਕਰਾ ਜਾਂਦਾ ਹੈ ਤੇ ਬੰਦਾ ਪਾਗਲ ਹੋ ਜਾਂਦਾ ਹੈ ਕਿ ਇਹ ਗੱਲਾਂ ਕਦੀ ਹੋ ਸਕਦੀਆਂ ਨੇ ਇਹ ਕਹਾਣੀਆਂ ਵੀ ਗਿਆਨੀ ਗਿਆਨ ਸਿੰਘ ਅਤੇ ਸੰਤੋਖ ਸਿੰਘ ਨੇ ਆਪਣੀਆਂ ਕਿਤਾਬਾਂ 'ਚ ਪਾਈਆਂ ਹੋਈਆਂ ਨੇ ਤੇ ਸਿੱਖ ਇਹਨਾਂ ਨੂੰ ਵੀ ਸੱਚ ਮੰਨੇ ਜਾ ਰਹੇ ਨੇ ਗੁਰੂ ਹਰ Rai ਸਾਹਿਬ ਦੇ ਕੋਲੇ ਜਦੋਂ ਉਹ ਮੁੜ ਕੇ ਆ ਹੀ ਨਹੀਂ ਸਕਿਆ ਮੱਥੇ ਨਾ ਲੱਗਣ ਦਾ ਹੁਕਮ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਗੁਰੂ ਸਾਹਿਬ ਵੱਲੋਂ ਕੋਈ ਵੀ ਲਿਖਤ ਰੂਪ ਹੁਕਮ ਇਹੋ ਜਾ ਕੇ ਤੇ ਨਹੀਂ ਮਿਲਦਾ ਜਿਹਦੇ ਵਿੱਚ ਲਿਖ ਕੇ ਗੁਰੂ ਸਾਹਿਬ ਨੇ ਆਖਿਆ ਹੋਵੇ ਸਤਵੇਂ ਪਾਤਸ਼ਾਹ ਨੇ ਕਿ RAM RAAY ਮੇਰੇ ਮੱਥੇ ਨਾ ਲੱਗੇ ਇਹ ਸ਼ਾਇਦ ਬਹੁਤ ਸਾਰੇ ਸਰੋਤਿਆਂ ਨੂੰ ਪਤਾ ਨਾ ਹੋਵੇ ਜਦੋਂ ਬਾਬਾ RAM RAAY ਔਰ ਹੀ ਜੇਬ ਕੋਲੇ ਗਿਆ ਤਾਂ ਉਦੋਂ ਉਹਨਾਂ ਦੀ ਉਮਰ ਤਕਰੀਬਨ 12-13 ਸਾਲ ਸੀ ਕੁੱਲ 12-13 ਸਾਲ ਆਪ ਹੀ ਅੰਦਾਜ਼ਾ ਲਾ ਲਓ ਕਿ 12-13 ਸਾਲ ਦਾ ਬੱਚਾ ਕਿੰਨੇ ਕੰਮ ਕਰ ਸਕਦਾ ਹੈ ਤੇ ਕਿੰਨੇ ਕ ਉਹ ਜ਼ਿੰਮੇਵਾਰੀਆਂ ਨਿਭਾ ਸਕਦਾ ਹੈ ਖੈਰ ਦੂਜਾ ਪੱਖ ਇਹ ਹੈ ਕਿ ਜਿਹੜੀਆਂ ਇਹ ਕਹਾਣੀਆਂ ਘੜੀਆਂ ਗਈਆਂ ਨੇ ਤਾਂ ਕਿ ਸਿੱਖਾਂ ਦੇ ਵਿੱਚ ਫੁੱਟ ਪੈ ਜਾਵੇ ਦੁਬਦਾ ਪੈ ਜਾਵੇ ਸਿੱਖ ਪਾਟੋ ਧਾੜ ਦੇ ਵਿੱਚ ਆ ਜਾਣ ਤੇ ਆਪਣੇ ਹੀ ਗੁਰੂਆਂ ਤੇ ਇਹਨਾਂ ਦੀ ਬੇਤਵਾਰੀ ਹੋਣ ਲੱਗ ਪਵੇ ਇਸ ਕਰਕੇ ਇਹ ਕਹਾਣੀਆਂ ਮਗਰੋਂ ਘੜ ਲਈਆਂ ਗਈਆਂ ਨੇ ਤੇ ਗੁਰੂ ਸਾਹਿਬ ਨੇ ਜੋ ਕੰਮ ਕੀਤਾ ਬੜੇ ਸੋਚ ਸਮਝ ਕੇ ਕੀਤਾ ਉਨਾ ਦੇ ਬੇਟੇ ਨੂੰ ਰਾਮਰਾਏ ਨੂੰ ਔਰੰਗਜ਼ੇਬ ਨੇ ਜਰਗਮਾਲ ਦੇ ਤੌਰ ਤੇ ਉੱਥੇ ਰੱਖਿਆ ਸੀ ਤੇ ਗੁਰੂ ਹਰਰਾਏ ਸਾਹਿਬ ਨੂੰ ਸਨੇਹਾ ਪਹਚਵਾ ਦਿੱਤਾ ਸੀ ਕਿ ਜੇ ਤੁਸੀਂ ਸਾਡੀਆਂ ਸ਼ਰਤਾਂ ਨਹੀਂ ਮੰਨੋਗੇ ਤਾਂ ਤੁਹਾਡੇ ਪੁੱਤਰ ਨੂੰ ਕਤਲ ਕਰ ਦਿੱਤਾ ਜਾਵੇਗਾ ਆਪਣੀਆਂ ਸ਼ਰਤਾਂ ਮਨਾਉਣ ਵਾਸਤੇ ਬਾਬਾ ਰਾਮਰਾਏ ਨੂੰ ਔਰੰਗਜ਼ੇਬ ਨੇ ਉੱਥੇ ਇੱਕ ਤਰ੍ਹਾਂ ਦਾ ਘਰੇਲੂ ਕੈਦ ਦੇ ਵਿੱਚ ਰੱਖਿਆ ਸੀ ਪਰ ਗੁਰੂ ਹਰਰਾਏ ਸਾਹਿਬ ਨੇ ਉਹਨਾਂ ਦੀ ਕੋਈ ਸ਼ਰਤ ਔਰੰਗਜ਼ੇਬ ਦੀ ਨਹੀਂ ਮੰਨੀ ਅੰਤ ਨੂੰ ਗੁਰੂ ਹਰਰਾਏ ਸਾਹਿਬ ਕਿਵੇਂ ਜੋਤੀ ਜੋ ਸਮਾਏ ਇਹ ਪੂਰਾ ਆਪਾਂ ਨੂੰ ਲਿਖਤੀ ਵਿਸਥਾਰਤਾ ਨਹੀਂ ਮਿਲਦਾ ਪਰ ਇਹ ਪੱਕੀ ਗੱਲ ਹੈ 31 ਸਾਲ ਦੀ ਭਰ ਜਵਾਨੀ ਉਮਰ ਦੇ ਵਿੱਚ ਗੁਰੂ ਹਰ राय ਸਾਹਿਬ ਜੋਤੀ ਜੋ ਸਮਾ ਗਏ ਮੌਤ ਦਾ ਕਾਰਨ ਕੋਈ ਵੀ ਪਤਾ ਨਹੀਂ ਲੱਗਦਾ ਇਹਦੇ ਪਿੱਛੇ ਵੀ ਕੋਈ ਸਾਜ਼ਿਸ਼ਾਂ ਨਜ਼ਰ ਆਉਂਦੀਆਂ ਨੇ ਮੈਂ ਤਾਂ ਆਪਣੀਆਂ ਕਿਤਾਬਾਂ 'ਚ ਵੀ ਲਿਖਿਆ ਕਿ ਇਸ ਤਰ੍ਹਾਂ ਮੇਰੀ ਸੋਚ ਹੈ ਕਿ ਸਾਰੇ ਗੁਰੂ ਸਾਹਿਬਾਨਾਂ ਨੂੰ ਘਰੇਲੂ ਦੁਸ਼ਮਣ ਅਤੇ ਸਰਕਾਰ ਵੱਡੇ ਵੱਡੇ ਸਾਜ਼ਿਸ਼ਾਂ ਰਚ ਕੇ ਇਹਨਾਂ ਵੱਲੋਂ ਸ਼ਹੀਦ ਕੀਤਾ ਗਿਆ ਕਿਉਂਕਿ ਜੇ ਲੰਮੀ ਉਮਰ ਭੋਕੇ ਇਹ ਸਮਾਜ ਦੇ ਵਿੱਚ ਚੇਤਨਤਾ ਤੇ ਜਾਗਰਤੀ ਲਿਆਉਂਦੇ ਰਹੇ ਤਾਂ ਸਰਕਾਰਾਂ ਦੇ ਤਖਤੇ ਪਲਟ ਸਕਦੇ ਨੇ ਇਸ ਕਰਕੇ ਇਹ ਸਾਰੀਆਂ ਸਾਜ਼ਿਸ਼ਾਂ ਹਕੂਮਤਾਂ ਵੱਲੋਂ ਅਤੇ ਉਹਨਾਂ ਦੇ ਹੱਥ ਠੋਕਿਆਂ ਵੱਲੋਂ ਇਹ ਰਚੀਆਂ ਜਾਂਦੀਆਂ ਰਹੀਆਂ ਨੇ ਸਵਾਲ ਨੰਬਰ 69 ਭਾਈ ਅਮਰੀਕ ਸਿੰਘ ਜੀ ਦਾ ਸਵਾਲ ਹੈ ਇਹ ਵੀ ਇਹਨਾਂ ਨੇ ਪੁੱਛਿਆ ਕਿ ਬਾਬਾ ਰਾਮ ਰਾਏ ਨੂੰ ਫੇਰ ਦਸਵੇਂ ਪਾਤਸ਼ਾਹ ਕਿਉਂ ਮਿਲੇ ਇੱਥੇ ਆਪ ਜੀ ਨੂੰ ਪਤਾ ਹੋਵੇ ਇਹਨਾਂ ਨੇ ਸਵਾਲ ਦੇ ਵਿੱਚ ਤਾਂ ਸਾਰਾ ਕੁਝ ਦੱਸਿਆ ਹੋਇਆ ਹੈ ਪੁੱਛਿਆ ਹੋਇਆ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਪੌਂਟਾ ਸਾਹਿਬ ਵਿਖੇ ਠਹਿਰੇ ਹੋਏ ਸਨ ਤੇ ਇਹ ਜਿਹੜਾ ਡੇਰਾ ਦੂਨ ਜਿੱਥੇ ਬਾਬਾ ਰਾਮ ਰਾਏ ਦਾ ਡੇਰਾ ਬਣਿਆ ਹੋਇਆ ਸੀ ਇਹ ਡੇਰਾ ਦੂਨ ਬਾਬਾ ਰਾਮ ਰਾਏ ਦੇ ਵਾਸਤੇ ਹੀ ਸਾਰਾ ਕੁਝ ਬਣਾਇਆ ਗਿਆ ਸੀ ਗੁਰੂ ਬਣਾਉਣ ਦਾ ਉਪਰਾਲਾ ਕੀਤਾ ਗਿਆ ਸੀ ਅਜੇ ਵੀ ਇਹਦੇ ਬਹੁਤ ਸਾਰੇ ਕੇਲੇ ਬਾਬਾ ਰਾਮ ਰਾਏ ਦੇ ਇਹਨੂੰ ਗੁਰੂ ਰਾਮ ਰਾਏ ਕਰਕੇ ਲਿਖਦੇ ਨੇ ਇੱਥੇ ਪਟਿਆਲੇ ਦੇ ਵਿੱਚ ਵੀ ਪੰਜਾਬੀ ਯੂਨੀਵਰਸਿਟੀ ਦੇ ਬੈਕ ਪਾਸੇ ਪਿਛਲੇ ਪਾਸੇ ਅਜੇ ਤੱਕ ਇੱਕ ਸਕੂਲ ਬਣਿਆ ਹੋਇਆ ਜਿਹਦੇ ਵਿੱਚ ਸ੍ਰੀ ਗੁਰੂ ਰਾਮ ਰਾਏ ਕਰਕੇ ਲਿਖਿਆ ਹੋਇਆ ਹੈ ਇਹਨੂੰ ਬਾਬਾ ਰਾਮ ਰਾਏ ਨਹੀਂ ਲਿਖਿਆ ਬਲਕਿ ਗੁਰੂ ਰਾਮ ਰਾਏ ਲਿਖਿਆ ਹੋਇਆ ਹੈ ਇਹ ਔਰੰਗਜ਼ੇਬ ਦੇ ਸਮੇਂ ਤੇ ਇਹਨੂੰ ਗੁਰੂ ਬਣਾ ਦਿੱਤਾ ਗਿਆ ਸੀ ਤਾਂ ਕਿ ਲੋਕਾਂ ਨੂੰ ਭਲੇਖਾ ਪੈ ਜਾਵੇ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਪੌਂਟਾ ਸਾਹਿਬ ਪਹੁੰਚੇ ਤਾਂ ਉੱਥੇ ਰਾਮ ਰਾਏ ਨੂੰ ਪਤਾ ਲੱਗਿਆ ਤਾਂ ਇਹਨਾਂ ਨੇ ਆਪਣੇ ਸੰਗੀਆਂ ਸਾਥੀਆਂ ਸਮੇਤ ਪੌਂਟਾ ਸਾਹਿਬ ਜਾ ਕੇ ਗੁਰੂ ਗੋਬਿੰਦ ਸਿੰਘ ਨਾਲ ਮੁਲਾਕਾਤ ਕਰਨ ਦਾ ਢੰਗ ਤਰੀਕਾ ਲੱਭਿਆ ਤੇ ਗੁਰੂ ਸਾਹਿਬ ਕੋਲੇ ਆਪਣਾ ਵਿਸ਼ਵਾਸ ਪਾਤਰ ਬੰਦਾ ਭੇਜਿਆ ਤੇ ਨਾਲ ਇਹ ਕਿਹਾ ਕਿ ਆਪਾਂ ਦੋਵੇਂ ਤੁਸੀਂ ਆਪਣੇ ਸਿੱਖ ਵੀ ਨਾਲ ਨਾਲ ਲੈ ਕੇ ਆਇਓ ਮੈਂ ਆਪਣੇ ਸੇਵਕਾਂ ਤੋਂ ਵੀ ਅਲੱਗ ਰਹਾਂਗਾ ਆਪਾਂ ਦੋਵੇਂ ਬੈਠ ਕੇ ਗੱਲਬਾਤ ਕਰਾਂਗੇ ਤੁਹਾਨੂੰ ਅਸਲੀਅਤ ਮੈਂ ਦੱਸਾਂਗਾ ਕਿ ਮੇਰੇ ਨਾਲ ਹੁਣ ਤੱਕ ਕੀ ਵਾਪਰੀ ਹੈ ਇਹ ਜਿਹੜਾ ਪ੍ਰਚਾਰ ਹੋਇਆ ਉਹਦੇ ਬਾਰੇ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਗੁਰੂ ਗੋਬਿੰਦ ਸਿੰਘ ਨੇ ਸਾਰਾ ਪ੍ਰਬੰਧ ਕਰ ਲਿਆ ਇੱਕ ਮਲਾ ਲੈ ਕੇ ਬੇੜੀ ਦੇ ਵਿੱਚ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਜਮਨਾ ਦਰਿਆ ਦੇ ਵਿੱਚ ਅਧਵਚਾਰ ਆ ਗਏ ਇਧਰੋਂ ਰਾਮ ਰਾਏ ਆਪਣੇ ਬੰਦਿਆਂ ਦੇ ਨਾਲ ਉੱਥੇ ਪਹੁੰਚ ਗਿਆ ਤੇ ਇਕੱਲਾ ਬੇੜੀ ਦੇ ਵਿੱਚ ਬੈਠ ਗਿਆ ਗੁਰੂ ਗੋਮੀ ਸਿੰਘ ਦੇ ਨਾਲ ਤਾਂ ਦੋਵੇਂ ਪਾਸੇ ਚੇਲੇ ਦੂਰ ਕਿਨਾਰਿਆਂ ਤੇ ਖੜੋ ਗਏ ਕਿਉਂਕਿ ਦਰਿਆ ਇਹ ਕਾਫੀ ਵੱਡਾ ਹੈ ਤਾਂ ਬਹੁਤ ਮਦਮ ਸੁਰ ਦੇ ਵਿੱਚ ਜੋ ਵਿਚਾਰ ਚਰਚਾ ਸੀ ਲੰਮੇ ਸਮੇਂ ਤੱਕ ਰਾਮ ਰਾਏ ਨੇ ਅਤੇ ਗੁਰੂ ਗੋਮੀ ਸਿੰਘ ਨੇ ਸਾਂਝੀ ਕੀਤੀ ਤੇ ਰਾਮਰਾਜ ਨੇ ਆਪਣੇ ਨਾਲ ਸਾਰੀਆਂ ਹੋਈਆਂ ਬੀਤੀਆਂ ਦਸੀਆਂ ਕਿ ਮੈਨੂੰ ਤਾਂ ਇਹਨਾਂ ਨੇ ਇਥੇ ਘਰੇਲੂ ਕੈਦ ਦੇ ਵਿੱਚ ਰੱਖਿਆ ਹੋਇਆ ਹੈ ਮੈਨੂੰ ਇਹ ਧੱਕੇ ਨਾਲ ਗੁਰੂ ਬਣਾਉਣਾ ਚਾਹੁੰਦੇ ਨੇ ਮੈਂ ਗੁਰੂ ਨਹੀਂ ਹਾਂ ਨਾ ਕਦੇ ਮੈਂ ਗੁਰੂ ਹੋਣ ਦਾ ਐਲਾਨ ਕੀਤਾ ਐ ਦਸਵੇਂ ਪਾਤਸ਼ਾਹ ਮੈਂ ਤੁਹਾਨੂੰ ਆਪਣਾ ਗੁਰੂ ਸਵੀਕਾਰ ਕਰਦਾ ਹਾਂ ਜਿੰਨਾ ਕੋ ਹੋ ਸਕੇ ਤੁਸੀਂ ਮੈਨੂੰ ਉਸ ਕੈਦ ਦੇ ਵਿੱਚੋਂ ਕਢਾਓ ਤਾਂ ਕਿ ਮੈਂ ਪੰਥ ਦੀ ਤੁਹਾਡੇ ਨਾਲ ਰਹਿ ਕੇ ਕੋਈ ਸੇਵਾ ਕਰ ਸਕਾਂ ਇਹ ਜਿਹੜੇ ਸਾਰੇ ਹਾਲਾਤ ਬਾਬਾ RAM RAJ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਦੱਸ ਦਿੱਤੇ ਤਾਂ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਨੂੰ ਕਿਹਾ ਕਿ ਸਮਾਂ ਆਉਣ ਤੇ ਅਸੀਂ ਕੋਈ ਵੱਡੀ ਕਾਰਵਾਈ ਕਰਾਂਗੇ ਤੇ ਤੁਹਾਨੂੰ ਉਥੋਂ ਡੇਰਾ ਦੂਨ ਤੋਂ ਆਜ਼ਾਦ ਕਰਾ ਲਿਆਵਾਂਗੇ ਤਾਂ ਜਦੋਂ ਬਾਬਾ RAM RAJ ਅਤੇ ਗੁਰੂ ਗੋਬਿੰਦ ਸਿੰਘ ਜੀ ਵਾਪਸ ਆਪੋ ਆਪਣੇ ਇਲਾਕੇ ਨੂੰ ਚਲੇ ਗਏ ਤਾਂ ਔਰ ਹੀ ਜੇਬ ਦੇ ਜਿਹੜੇ ਇਹ ਬੰਦੇ ਸੀ ਛੱਡੇ ਹੋਏ ਬਾਬਾ RAM RAJ ਦੇ ਪਹਿਰੇਦਾਰ ਉਹਨਾਂ ਨੇ ਖਬਰ ਆਪਣੇ ਉੱਪਰਲੇ ਅਫਸਰਾਂ ਨੂੰ ਦਿੱਤੀ ਅਫਸਰਾਂ ਨੇ ਔਰੰਗਜ਼ੇਬ ਤੱਕ ਖਬਰ ਪਹੁੰਚਾਈ ਤੇ ਔਰੰਗਜ਼ੇਬ ਨੂੰ ਜਦੋਂ ਇਹ ਪਤਾ ਲੱਗਿਆ ਕਿ ਇਹ ਗੁਰੂ ਗੋਬਿੰਦ ਸਿੰਘ ਨਾਲ ਸਹਿਮਤੀ ਪ੍ਰਗਟ ਕਰਕੇ ਆਇਆ ਤੇ ਮਿਲ ਕੇ ਆਇਆ ਤਾਂ ਇਹਨੇ ਗੁਪਤ ਸੰਦੇਸ਼ ਦੇ ਦਿੱਤਾ ਕਿ ਇਹ ਬੰਦਾ ਹੁਣ ਸਾਡੇ ਕੰਮ ਦਾ ਨਹੀਂ ਰਿਹਾ ਇਹਨੂੰ ਖਤਮ ਕਰ ਦਿੱਤਾ ਜਾਵੇ ਤਾਂ ਜਿਹੜੇ ਇੱਥੇ ਪਹਿਰੇਦਾਰ ਸੇਵਾਦਾਰ ਛੱਡੇ ਹੋਏ ਸਨ ਬਾਬਾ ਰਾਮ ਰਾਏ ਨਾਲ ਉਹਨਾਂ ਨੇ ਜਿਉਂਦੇ ਨੂੰ ਬਾਬਾ ਰਾਮ ਰਾਏ ਨੂੰ ਅਗਨੇ ਛੁੱਟ ਦਿੱਤਾ ਸਾੜ ਦਿੱਤਾ ਤੇ ਗੱਲ ਇਹ ਪ੍ਰਚਾਰੀ ਗਈ ਕਿ ਉਹ ਤਾਂ ਜੀ ਸਮਾਧੀ ਵਿੱਚ ਬੈਠੇ ਹੋਏ ਸਨ ਸਾਨੂੰ ਨਹੀਂ ਪਤਾ ਲੱਗਿਆ ਕਿ ਉਹ ਜੀਵਤ ਨੇ ਕਿ ਮਰ ਗਏ ਨੇ ਅਸੀਂ ਮਰਿਆ ਸਮਝ ਕੇ ਉਹਨਾਂ ਨੂੰ ਸੰਸਕਾਰ ਕਰ ਦਿੱਤਾ ਤੇ ਅ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਹਨਾਂ ਨੇ ਵਾਪਸ ਹਲੇ ਸਵਾਸ ਲੈਣੇ ਨੇ ਇਹ ਤਾਂ ਕੇਵਲ ਸਮਾਧੀ ਹੈ ਇਹ ਬਹਾਨਾ ਘੜ ਕੇ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ ਤੇ ਇਹਨਾਂ ਦੀ ਪਤਨੀ ਮਾਤਾ ਪੰਜਾਬ ਕੌਰ ਫਿਰ ਗੁਰੂ ਗੋਬਿੰਦ ਸਿੰਘ ਕੋਲੇ ਗਈ ਉਥੋਂ ਗੁਰੂ ਗੋਬਿੰਦ ਸਿੰਘ ਜੀ ਨੇ ਪੌਂਟਾ ਸਾਹਿਬ ਤੋਂ ਭਾਈ ਮਨੀ ਸਿੰਘ ਨੂੰ 100 ਸਿੱਖਾਂ ਦਾ ਜਥਾ ਦੇ ਕੇ ਇਹਦੇ ਭੋਗ ਦੀਆਂ ਅੰਤਮ ਰਸਮਾਂ ਦੇ ਬਹਾਨੇ ਭੇਜਿਆ ਤਾਂ ਮਨੀ ਸਿੰਘ ਦੇ ਬੰਦਿਆਂ ਨੇ ਅੰਤਮ ਰਸਮਾਂ ਤੇ ਆ ਕੇ ਜਿਹੜੇ ਵਿਗੜੇ ਹੋਏ ਔਰੰਗਜ਼ੇਬ ਦੇ ਸੇਵਾਦਾਰ ਸਨ ਉਹਨਾਂ ਕਈਆਂ ਨੂੰ ਮੌਦੇ ਘਾਟ ਉਤਾਰ ਦਿੱਤਾ ਤੇ ਮਾਤਾ ਪੰਜਾਬ ਕੌਰ ਨੂੰ ਨਾਲ ਲੈ ਕੇ ਉਹ ਵਾਪਸ ਗੁਰੂ ਗੋਬਿੰਦ ਸਿੰਘ ਕੋਲੇ ਚਲੇ ਗਏ ਤੇ ਕਈ ਸਾਲ ਤੱਕ ਮਾਤਾ ਪੰਜਾਬ ਕੌਰ ਗੁਰੂ ਗੋਬਿੰਦ ਸਿੰਘ ਦੀ ਸ਼ਰਨ ਦੇ ਵਿੱਚ ਰਹੀ ਸਿੱਖਾਂ ਦੇ ਨਾਲ ਰਹੀ ਤਾਂ ਇਸ ਤਰ੍ਹਾਂ ਇਹ ਸਾਰੀ ਘਟਨਾਕਰਮ ਵਾਪਰਿਆ ਜਿਹੜਾ ਕਿ ਸਿੱਖਾਂ ਦੇ ਸਾਹਮਣੇ ਇਸ ਢੰਗ ਨਾਲ ਨਹੀਂ ਆਇਆ ਬਾਬਾ ਰਾਮ ਰਾਏ ਤੇ ਬਹੁਤ ਕਲੰਕ ਲੱਗੇ ਨੇ ਬੜੇ ਇਲਜ਼ਾਮ ਲਾਏ ਨੇ ਕਿ ਉਹ ਤਾਂ ਬਾਗੀ ਹੋ ਗਿਆ ਉਹਨੇ ਆ ਮਾੜਾ ਕੰਮ ਕੀਤਾ ਤਾਂ ਇਹੋ ਜਿਹਾ ਕੁਝ ਵੀ ਨਹੀਂ ਵਾਪਰਿਆ ਇਤਿਹਾਸ ਨੂੰ ਨਵੇਂ ਸਿਰਿਓਂ ਵਾਚਣ ਦੀ ਖੋਜਣ ਦੀ ਸਮਝਣ ਦੀ ਬਹੁਤ ਲੋੜ ਹੈ ਇਹ ਸੂਰਜ ਪ੍ਰਕਾਸ਼ ਅਤੇ ਗਿਆਨੀ ਗਿਆਨ ਸਿੰਘ ਆਦਿਕ ਨੇ ਬਹੁਤ ਕੁਝ ਇਹੋ ਜਿਹਾ ਲਿਖ ਦਿੱਤਾ ਜਿਹੜਾ ਕਿ ਜਾਇਜ਼ ਇਤਿਹਾਸ ਨਹੀਂ ਹੈ ਸਵਾਲ ਨੰਬਰ 70 ਇਸ ਭਾਈ ਨੇ ਅੱਗੇ ਪੁੱਛਿਆ ਹੈ ਕਿ ਅਨੰਦ ਸਾਹਿਬ ਦੀਆਂ ਸਾਰੇ ਸਮਾਗਮਾਂ ਤੇ 6 ਪੌੜੀਆਂ ਪੜੀਆਂ ਜਾਂਦੀਆਂ ਨੇ ਜਦੋਂ ਕਿ ਇਸ ਬਾਣੀ ਦੀਆਂ 40 ਪੌੜੀਆਂ ਨੇ ਇਹਦਾ ਕੀ ਕਾਰਨ ਹੈ ਇਸ ਦਾ ਲਿਖਤੀ ਰੂਪ ਚ ਸਾਡੇ ਕੋਲੇ ਕੋਈ ਵੀ ਜਵਾਬ ਨਹੀਂ ਹੈ ਕਿਉਂਕਿ ਪ੍ਰਾਤਨ ਕੋਈ ਰਿਕਾਰਡ ਹੀ ਨਹੀਂ ਹੈ ਜਦੋਂ ਤੋਂ ਇਹ ਮਰਿਆਦਾਵਾਂ ਪਰੰਪਰਾਵਾਂ ਚੱਲੀਆਂ ਨੇ अनेका ਹੱਥਾਂ ਦੇ ਵਿੱਚੋਂ ਦੀ अनेका ਡੇਰਿਆਂ ਦੇ ਵਿੱਚੋਂ ਦੀ ਲੰਘ ਕੇ ਸਾਡੇ ਤੱਕ ਅੱਜ ਸਾਰਾ ਕੁਝ ਆਇਆ ਹੈ ਜੋ ਅੱਜ ਵਾਲੀ ਰਹਿਤ ਮਰਿਆਦਾ ਸਾਨੂੰ ਸ਼੍ਰੋਮਣੀ ਕਮੇਟੀ ਵੱਲੋਂ ਛਾਪ ਕੇ ਦਿੱਤੀ ਜਾਂਦੀ ਹੈ ਇਹਦੇ ਤੇ ਵੀ 1932 ਤੋਂ ਲੈ ਕੇ 1945 ਤੱਕ ਜਦੋਂ ਕਿ 28 ਪੰਨਿਆਂ ਦਾ ਛੋਟਾ ਜਿਹਾ ਇਹ ਖਰੜਾ ਹੈ ਛੋਟੀ ਜੀ ਕਾਪੀ ਹੈ ਤੇ ਇਹਦੇ ਤੇ 14-15 ਸਾਲ ਇਸ ਨੂੰ ਮੁਕੰਮਲ ਕਰਨ ਤੇ ਲਾ ਦਿੱਤੇ ਗਏ ਅਜੇ ਵੀ ਹੋਰ ਬਹੁਤ ਕੁਝ ਇਹਦੇ ਵਿੱਚ ਸੋਧਾਂ ਕਰਨ ਵਾਲੀਆਂ ਨੇ ਇੰਨੀ ਛੋਟੀ ਕਾਪੀ ਤੇ ਇਨਾ ਸਮਾਂ ਲਟਕਾਈ ਗਈ ਕਿਉਂ ਕਿ ਕਿਉਂਕਿ ਸਿੱਖਾਂ ਕੋਲੇ ਡੇਰੇਦਾਰਾਂ ਕੋਲੇ ਆਪਸੀ ਏਕਤਾ ਤਾਲਮੇਲ ਨਹੀਂ ਸੀ ਡੇਰੇਦਾਰ ਇਸ ਨੂੰ ਅੱਜ ਤੱਕ ਵੀ ਮੰਨਣ ਨੂੰ ਤਿਆਰ ਨਹੀਂ ਹਨ ਰਾਗ ਮਾਲਾ ਦਾ ਸ਼੍ਰੋਮਣੀ ਕਮੇਟੀ ਅੱਜ ਤੱਕ ਕੋਈ ਵੀ ਨਿਰਣਾ ਨਹੀਂ ਕਰ ਸਕੀ ਦਰਬਾਰ ਸਾਹਿਬ ਦੀ ਅਤੇ ਅਕਾਲ ਤਖਤ ਦੀ ਮਰਿਆਦਾ ਇਕਸਾਰ ਨਹੀਂ ਕੀਤੀ ਜਾ ਸਕੀ ਅਜੇ ਤੱਕ ਹੋਰ ਇਸ ਤਰ੍ਹਾਂ ਡੇਰਿਆਂ ਦੇ ਵਿੱਚ ਆਪੋ ਆਪਣੀਆਂ ਮਰਿਆਦਾਵਾਂ ਚੱਲ ਰਹੀਆਂ ਨੇ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੇ ਗੁਰਦੁਆਰੇ ਉਹਨਾਂ ਦੀਆਂ ਵੀ ਬਹੁਤਾਂ ਦੀਆਂ ਆਪੋ ਆਪਣੀਆਂ ਮਰਿਆਦਾਵਾਂ ਨੇ ਤੇ ਕਹ ਇਹ ਦਿੱਤਾ ਜਾਂਦਾ ਹੈ ਕਿ ਜੀ ਇਥੋਂ ਦੀ ਪ੍ਰਾਤਨ ਪਰੰਪਰਾ ਇਸੇ ਤਰ੍ਹਾਂ ਚੱਲ ਰਹੀ ਹੈ ਇਹਨਾਂ ਬਹਾਨਿਆਂ ਦੇ ਨਾਲ ਸਾਰੀਆਂ ਮਰਿਆਦਾਵਾਂ ਅਲੱਗ-ਅਲੱਗ ਕਰਤੀਆਂ ਗਈਆਂ ਨੇ ਜਿਹੜੇ ਗੁਰਦੁਆਰੇ ਦੇ ਵਿੱਚ ਆਪਾਂ ਜਾਈਏ ਉਥੇ ਕਿਤੇ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਬਹੁਤਾ ਜ਼ੋਰ ਦਿੱਤਾ ਜਾਂਦਾ ਹੈ ਅਰਦਾਸ ਤੇ ਕਿਤੇ ਦੂਸਰੇ ਪਾਤਸ਼ਾਹ ਦਾ ਤੀਸਰੇ ਪਾਤਸ਼ਾਹ ਦਾ ਕਿਤੇ ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਧਿਆਈਆ ਹੈ ਬੰਗਲਾ ਸਾਹਿਬ ਇਸੇ ਤਰ੍ਹਾਂ ਸੀਸਗੰਜ ਗੁਰੂ ਤੇਗ ਬਹਾਦਰ ਸਾਹਿਬ ਅਸੀਂ ਆਸ ਕਰਦੇ ਹਾਂ ਕਿ ਸਿੱਖਾਂ ਦੇ ਵਿੱਚ ਏਕਤਾ ਹੋਵੇ ਪਰ ਇਹ ਤਾਂ ਗੁਰਦੁਆਰੇ ਵੀ ਗੁਰੂ ਸਹਿਬਾਨਾਂ ਦੇ ਨਾਮ ਤੇ ਵੰਡ ਕੇ ਉਹਨਾਂ ਦੀਆਂ ਵੱਖੋ-ਵੱਖਰੀਆਂ ਮਰਿਆਦਾਵਾਂ ਇੱਕ ਗੁਰੂ ਨੂੰ ਵਿਸ਼ੇਸ਼ ਵੱਧ ਪ੍ਰਸ਼ੰਸਾ ਕਰਨੀ ਤੇ ਬਾਕੀਆਂ ਦੀ ਉਨੀ ਪ੍ਰਸ਼ੰਸਾ ਨਾ ਕਰਨੀ ਇਹ ਬਹੁਤ ਕੁਝ ਵਾਪਰ ਗਿਆ ਹੋਇਆ ਹੈ ਸਾਡੇ ਮੁਖੀਆਂ ਨੂੰ ਜਿਹੜੇ ਕਿ ਆਪਣੇ ਆਪ ਨੂੰ ਜਥੇਦਾਰ ਅਖਵਾਉਂਦੇ ਨੇ ਵੱਡੇ ਵੱਡੇ ਇਹਨਾਂ ਨੂੰ ਇੱਧਰ ਫੌਰੀ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਪ੍ਰਧਾਨਾਂ ਨੂੰ ਤੇ ਹੋਰ ਵਿਦਵਾਨਾਂ ਨੂੰ ਇੱਧਰ ਧਿਆਨ ਦੇਣਾ ਚਾਹੀਦਾ ਹੈ ਕਿ ਲੋੜਿੰਦੀਆਂ ਮਰਿਆਦਾਵਾਂ ਰੱਖ ਲਈਆਂ ਜਾਣ ਵਾਧੂ ਮਰਿਆਦਾਵਾਂ ਕੱਟ ਦਿੱਤੀਆਂ ਜਾਣ ਘਟਾ ਦਿੱਤੀਆਂ ਜਾਣ ਮੁਰਤੋਂ ਸੋਧਾਂ ਕੀਤੀਆਂ ਜਾਣ ਤੇ ਪੰਥ ਦੇ ਵਿਦਵਾਨਾਂ ਦੀ ਕੋਈ ਕਮੇਟੀ ਬਣਾਈ ਜਾਵੇ ਤਾਂ ਕਿ ਇਹ ਕਮੀਆਂ ਪੇਸ਼ੀਆਂ ਦੂਰ ਕਰਕੇ ਪੰਥ ਨੂੰ ਕਿਸੇ ਸਹੀ ਰਾਹ ਤੇ ਅੱਜ ਦੀਆਂ ਲੋੜਾਂ ਦੇ ਮੁਤਾਬਕ ਤੋਰਿਆ ਜਾਵੇ ਤੇ ਘੱਟ ਸਮਾਂ ਖਰਾਬ ਕਰਨ ਵਾਲੀਆਂ ਮਰਿਆਦਾਵਾਂ ਲਾਗੂ ਕੀਤੀਆਂ ਜਾਣ ਜਿਨ੍ਹਾਂ ਤੇ ਅਜਾਈ ਜੇ ਕਿਤੇ ਅੱਜ ਕਿਸੇ ਸਮਾਗਮ ਤੇ ਸਮਾਪਤੀ ਵੇਲੇ ਆਪਾਂ 40 ਪੌੜੀਆਂ ਅਨੰਦ ਸਾਹਿਬ ਪੜ੍ਹਨਾ ਵੀ ਸ਼ੁਰੂ ਕਰਦੀਏ ਤੇ ਪਹਿਲਾਂ ਹੀ ਕਿਤੇ ਕੀਰਤਨੀਆਂ ਨੇ ਕੀਰਤਨ ਕੀਤਾ ਕਿਤੇ ਕਥਾ ਬਾਤਕ ਨੇ ਕਥਾ ਕੀਤੀ ਫਿਰ 40 ਪੌੜੀਆਂ ਆਨੰਦ ਸਾਹਿਬ ਕੀਤਾ ਤੇ ਵਿੱਚ ਜਿੰਨੀ ਨਾਮ ਤੇ ਆਇਆ ਸ਼ਲੋਕ ਵੀ ਪੜ ਲਏ ਤੇ ਫਿਰ ਅਰਦਾਸ ਵੀ ਬਹੁਤ ਲੰਮੀ ਕਰ ਦਿੱਤੀ ਗਈ ਤੇ ਇਸ ਤਰ੍ਹਾਂ ਕਰਦਿਆਂ ਕਰਾਉਂਦਿਆਂ ਬਹੁਤ ਸਮਾਂ ਸਾਡਾ ਲੇਖੇ ਲੱਗ ਜਾਂਦਾ ਹੈ ਤੇ ਬੰਦੇ ਦਾ ਮਨ ਉਕਤਾ ਜਾਂਦਾ ਹੈ ਕਿ ਮੇਰੇ ਪੱਲੇ ਤਾਂ ਕੁਝ ਨਹੀਂ ਉਹਨਾਂ ਪਿਆ ਗੁਰਬਾਣੀ ਦੀ ਤੇ ਮੈਨੂੰ ਸਮਝ ਨਹੀਂ ਆਈ ਇੱਥੋਂ ਦੇ ਪ੍ਰਬੰਧਕਾਂ ਨੇ ਪ੍ਰਚਾਰਕਾਂ ਨੇ ਬੁਲਾ ਰਿਆ ਨੇ ਸਾਡੇ ਪੱਲੇ ਤਾਂ ਕੁਝ ਵੀ ਨਹੀਂ ਪਿਆ ਤੇ ਸਮਾਂ ਸਾਡਾ ਬਹੁਤ ਬਰਬਾਦ ਕਰ ਦਿੱਤਾ ਸਾਡੇ ਲੀਡਰਾਂ ਨੂੰ ਇਸ ਪਾਸੇ ਜ਼ਰੂਰ ਧਿਆਨ ਦੇਣਾ ਚਾਹੀਦਾ